ਸਿੰਘ ਕੋ ਭੁੱਲ ਜਾਣਾ। ਸੁਖਵਿੰਦਰ ਸਿੰਘ ਜਿਹੜੇ ਕਿ ਬਾਬਾ ਰਣਜੀਤ ਸਿੰਘ ਧਦਰੀਆਂਵਾਲੇ ਦੇ ਨਾਲ ਕਾਫੀ ਲੰਮਾ ਸਮਾਂ ਢੋਲ ਵਜਾਉਂਦੇ ਰਹੇ, ਪਰੰਤੂ ਕੱਲ ਜਦੋਂ ਇਹ ਗੱਲ ਮੇਰੇ ਸਾਹਮਣੇ ਆਈ ਤੇ ਮੈਨੂੰ ਵਕੀਲ ਰਾਜਵਿੰਦਰ ਸਿੰਘ ਨੇ, ਜਿਹੜੇ ਕਿ ਹਾਈਕੋਰਟ ਦੇ ਵਕੀਲ ਨੇ ਚੰਡੀਗੜ੍ਹ ਤੋਂ, ਉਹਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਤੇ ਉਹਨਾਂ ਨੇ ਦੱਸਿਆ ਕਿ ਕਿਵੇਂ ਬਾਬਾ ਰਣਜੀਤ ਸਿੰਘ ਉਹਨਾਂ ਨੇ ਆਪਣਾ ਅਸਲ ਸੂਖ ਵਰਤ ਕੇ ਸੁਖਵਿੰਦਰ ਸਿੰਘ ਉਹਨਾਂ ਨੂੰ ਗ੍ਰਿਫ਼ਤਾਰ ਕਰਵਾ ਕੇ ਕਿਵੇਂ ਉਹਨਾਂ ਨੂੰ ਤਸ਼ੱਦਦ ਕਰਵਾਇਆ। ਤਸ਼ੱਦਦ ਕਰਾਉਣ ਦੇ ਨਾਲ ਨਾਲ ਜਿਹੜਾ ਸਭ ਤੋਂ ਵੱਡਾ ਦੁਖਾਂਤ ਇਹ ਵਾਪਰ ਰਿਹਾ, ਜਿਹਦੇ ਕਰਕੇ ਸਾਰੇ ਸਿੱਖ ਹਿਰਦੇ ਵਲੂੰਦੇ ਗਏ ਨੇ ਕਿ ਉਹਨਾਂ ਦੇ ਕੇਸ ਕਤਲ ਕਰ ਦਿੱਤੇ ਗਏ। ਔਰ ਕੇਸ ਕਤਲ ਕਰਨ ਵੇਲੇ ਉਸ ਵੇਲੇ ਦੇ ਜਿਹੜੇ ਪੁਲਿਸ ਅਫੀਸਰ ਜਿਹੜੇ ਨੇ ਇੰਟੈਰੋਗੇਸ਼ਨ ਕਰ ਰਹੇ ਸਨ ਤੇ ਉਹਨਾਂ ਦਾ ਵਾਰ ਵਾਰ ਇਹੀ ਸਵਾਲ ਸੀ ਕਿ ਸਾਨੂੰ ਬਾਬਾ ਜੀ ਦਾ ਹੁਕਮ ਹੈ, ਇਸ ਕਰਕੇ ਤੁਹਾਡੇ ਅਸੀਂ ਕੇਸ ਕਤਲ ਕਰਨੇ ਹੈ। ਇਸ ਸੰਬੰਧ ਵਿੱਚ ਮੈਂ ਦੂਸਰਾ ਪੱਖ ਬਾਬਾ ਰਣਜੀਤ ਸਿੰਘ ਉਹਨਾਂ ਨੂੰ ਉਸ ਵੇਲੇ ਨਹੀਂ ਸੀ ਲੈ ਸਕਿਆ, ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਧੱਦੀਆਂ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਰਹੇ ਨੇ, ਜਿਹਨਾਂ ਨਾਲ ਜਿਹੜੀ ਗੱਲ ਸੁਖਵਿੰਦਰ ਸਿੰਘ ਉਹਨਾਂ ਨੇ ਕੀਤੀ ਹੈ ਉਸ ਬਾਬਤ ਸਾਰੀਆਂ ਗੱਲਾਂ ਕਲੈਰੀਫਾਈ ਕਰਾਂਗੇ, ਤਾਂ ਜੋ ਕਿਸੇ ਦੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਸ਼ੰਕਾ ਨਾ ਰਹਿ ਜਾਵੇ ਕਿ ਕਿਸੇ ਇੱਕ ਪੱਖ ਨੂੰ ਸੁਣਿਆ ਦੋਨਾਂ ਦੇ ਪੱਖਾਂ ਨੂੰ ਨਹੀਂ। ਸੋ ਇਸ ਕਰਕੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਗੱਲਬਾਤ ਦੇ ਵਿੱਚ ਸ਼ਾਮਿਲ ਕਰ ਰਹੇ ਹਾਂ ਬਾਬਾ ਰਣਜੀਤ ਸਿੰਘ ਜੀ ਧੱਦੀਆਂ ਵਾਲੇ ਨੂੰ, ਜਿਹਨਾਂ ਨਾਲ ਵਿਸ਼ੇਸ਼ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਭਾਈ ਸਾਹਿਬ ਜੀਓ ਰੇਡੀਓ ਸ਼ੇਰੇ ਪੰਜਾਬ ਦੇ ਪ੍ਰੋਗਰਾਮ ਦੇ ਵਿੱਚ ਅੱਜ ਵਿਸ਼ੇਸ਼ ਤੌਰ ਤੇ ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖੁਸ਼ੀ ਹੋ ਰਹੀ ਜੀ ਆਪਣੀ ਨਾਲ ਗੱਲ ਕਰਕੇ, ਤੁਸੀਂ ਸਾਡਾ ਪੱਖ ਜਾਣਨ ਵਾਸਤੇ ਮੇਰੇ ਨਾਲ ਗੱਲ ਕਰ ਰਹੇ ਹੋ, ਖੁਸ਼ੀ ਹੋ ਰਹੀ। ਥੈਂਕ ਯੂ ਜੀ। ਇਹਦੇ ਵਿੱਚ ਮੈਂ ਜਾਣਨਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਤੁਸੀਂ ਕੌਮ ਦੇ ਵਿੱਚ ਪੰਥ ਦੇ ਵਿੱਚ ਵਿਚਰ ਰਹੇ ਹੋ ਔਰ ਬੜੀ ਮਹਾਨ ਸੇਵਾ ਕਰ ਰਹੇ ਹੋ, ਪਿਛਲੇ ਦਿਨਾਂ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੂਵਾਲਾ ਦੇ ਸੰਬੰਧ ਦੇ ਵਿੱਚ ਮੇਰਾ ਖਿਆਲ ਹੈ ਵੀ ਸਾਰੇ ਸੰਤ ਸਮਾਜ ਵੱਲੋਂ ਤੁਸੀਂ ਪਹਿਲੇ ਪ੍ਰਚਾਰਕ ਸੋ ਜਿਹਨਾਂ ਨੇ ਨਿਰਧਾਰਕ ਹੋ ਕੇ ਉਹਨਾਂ ਦੀ ਗੱਲਬਾਤ ਕੀਤੀ, ਉਸ ਵਾਸਤੇ ਸਾਰੀ ਦੁਨੀਆਂ ਦੇ ਵਿੱਚ ਇਸ ਗੱਲ ਦੀ ਸਰਾਹਨਾ ਕੀਤੀ ਗਈ ਔਰ ਮੈਂ ਤੁਹਾਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਦਾ ਕਿ ਸੱਚ ਦੇ ਨਾਲ ਤੁਸੀਂ ਖੜੇ ਹੋ ਔਰ ਉਸ ਬਾਬਤ ਗੱਲਬਾਤ ਕੀਤੀ ਹੈ। ਮੈਂ ਥੋੜ੍ਹਾ ਜਿਹਾ ਚਾਹਾਂਗਾ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਥੋੜ੍ਹਾ ਜਿਹਾ ਦੱਸੋ ਕਿ ਕਦੋਂ ਤੋਂ ਤੁਸੀਂ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਤੇ ਇਸ ਪ੍ਰਚਾਰ ਸ਼੍ਰੇਣੀ ਵੱਲ ਤੁਸੀਂ ਆਏ ਜੀ? 13 ਸਾਲ ਹੋ ਗਏ ਆ ਜੀ, ਮੈਂ ਜਨਵਰੀ ਵਿੱਚ ਮਹਾਰਾਜ ਸਾਹਿਬ ਜੀ ਦੀ ਬਖਸ਼ਿਸ਼ ਨਾਲ ਇਧਰਲੇ ਪਾਸੇ ਆਇਆ ਸੀ ਜਨਵਰੀ 99 ਵਿੱਚ। 13 ਸਾਲ ਤੋਂ ਉੱਪਰ ਹੋ ਗਿਆ ਸਮਾਂ। ਬਾਕੀ ਰਹੀ ਗੱਲ ਜਿਸ ਤਰੀਕੇ ਸਿਰੇ ਭਾਈ ਰਾਜੂਵਾਲਾ ਹੋਣਾ ਦੀ ਗੱਲ ਹੈ, ਸਾਡਾ ਸਾਰਿਆਂ ਦਾ
ਇਖਲਾਕੀ ਫਰਜ਼ ਬਣਦਾ ਕਿ ਅਸੀਂ ਇਦੋਂ ਇਹਨਾਂ ਦੇ ਮੁੱਦਿਆਂ ਵਿੱਚ ਆਈਏ ਔਰ ਅੱਗੇ ਵੀ ਜਦੋਂ ਜਦੋਂ ਵੀ ਜਿੱਥੇ ਜਿੱਥੇ ਵੀ ਸਰਸੇ ਵਾਲਿਆਂ ਦੇ ਵਿੱਚ ਜਾਂ ਨੂਰ ਮਹਿਲ ਵਾਲਿਆਂ ਦੇ ਵਿੱਚ ਜਦੋਂ ਸਾਡੇ ਸਿੰਘ ਦੇ ਕਿਤੇ ਗੋਲੀ ਵੀ ਲੱਗੀ ਸੀ ਜਿੱਥੇ ਜਿੱਥੇ ਇਦਾਂ ਦੇ ਸੰਘਰਸ਼ ਹੋਏ ਨੇ ਮੈਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਕਿ ਜਿੰਨਾ ਕੁ ਜਿੰਨੀ ਸਾਡੇ ਤੋਂ ਹੋ ਸਕਦੀ ਅਸੀਂ ਕੋਸ਼ਿਸ਼ ਕਰੀਏ ਇਹੋ ਜਿਹੀ ਗੱਲ ਵਿੱਚ ਇਨਵੋਲਵ ਹੋਣ ਦੀ। ਇਹਦੇ ਵਿੱਚ ਜਿਹੜਾ ਪ੍ਰਚਾਰ ਤੁਸੀਂ ਲਗਾਤਾਰ ਗੁਰਦੁਆਰਾ ਪਰਮੇਸ਼ਰ ਦੁਆਰ ਤੋਂ ਕਰ ਰਹੇ ਹੋ ਤੇ ਬਾਅਦ ਦੀਵਾਨਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਜਾ ਕੇ ਵੀ ਕਰ ਰਹੇ ਹੋ, ਤਕਰੀਬਨ ਅੰਦਾਜ਼ਨ ਕਿੰਨੇ ਕੁ ਵਿਅਕਤੀਆਂ ਨੂੰ ਗੁਰੂ ਦੇ ਲੜ ਲਾਇਆ, ਖੰਡੇ ਪਾਸੇ ਦਾ ਮਸ਼ਕਾ ਕੇ ਸਿੰਘ ਸਜਾਇਆ ਜੀ? ਨਹੀਂ, ਅਸਲ ਗੱਲ ਇਹ ਹੈ ਜੀ, ਜਿੱਥੇ ਅੱਜ ਜਿਹੜਾ ਬੜਾ ਵੱਡਾ ਸਵਾਲ ਉੱਠਦਾ ਹੈ ਕਿ ਅੰਮ੍ਰਿਤਧਾਰੀ ਇਹ ਕਹਿੰਦੇ ਨੇ ਅਸੀਂ 5 ਲੱਖ ਨੂੰ ਛਕਾਇਆ, ਅਸੀਂ 6 ਨੂੰ ਛਕਾਇਆ ਤਾਂ ਉਹ ਜਾਂਦੇ ਕਿੱਥੇ ਨੇ? ਮੈਂ ਅਸਲ 'ਚ ਇਹ ਗੱਲ ਕਹਿੰਦਾ ਵੀ ਸਾਡੇ ਅਸੀਂ ਹਮੇਸ਼ਾ ਮੈਂ ਨਾਲ ਇਹ ਗੱਲ ਕਹਿੰਦਾ ਹੁੰਦਾ ਕਿ ਜੇ ਅਸੀਂ ਸਾਡੇ ਕੋਲ ਇੱਕ ਲਿਸਟ ਬਣਦੀ ਹੈ ਕਿਸੇ ਪਿੰਡ 'ਚ 200 ਨੇ ਛਕਿਆ, ਕਿਸੇ 'ਚ 400 ਨੇ ਛਕਿਆ, ਕਿਸੇ ਨੇ ਵਿੱਚ 1000 ਨੇ ਛਕਿਆ, ਤੇ ਉਹਦੇ ਵਿੱਚੋਂ ਕੁੱਲ ਮਿਲਾ ਕੇ ਜੇ ਅਸੀਂ ਸਾਡੇ ਕੋਲ ਜਿਹੜੀ ਲਿਸਟ ਹੈ ਉਹ 6 ਲੱਖ ਦੇ ਕਰੀਬ ਹੈ, ਪਰ ਮੈਂ ਤਾਂ ਡਾਇਰੈਕਟ ਇਹ ਗੱਲ ਕਹਿੰਦਾ ਹੁੰਦਾ ਕਿ ਜੇ ਉਹਦੇ ਵਿੱਚੋਂ ਅੱਧੇ ਵੀ ਟੁੱਟ ਗਏ ਹੋਣ, ਕਿਉਂਕਿ ਕਈ ਲੋਕ ਐਸੇ ਨੇ ਜਿਹੜੇ ਇੱਕਦਮ ਭਾਵੁਕ ਹੋ ਕੇ ਛੱਕ ਲੈਂਦੇ ਨੇ। ਪਰ ਜਦੋਂ ਜਿਸ ਵੇਲੇ ਮੈਂ ਕੈਨੇਡਾ ਵਿੱਚ ਵੀ ਆਇਆ ਸੀ ਤੇ 750-800 ਪ੍ਰਾਣੀ ਇੱਕ ਸਮੇਂ ਹੀ ਟੋਰੰਟੋ ਅੰਮ੍ਰਿਤਧਾਰੀ ਹੋਇਆ ਸੀ। ਉਸ ਤੋਂ ਬਾਅਦ ਕੀ ਹੁੰਦਾ, ਸਮਾਂ ਪਾ ਕੇ ਕੁੱਝ ਨਾ ਕੁੱਝ ਕਈ ਲੋਕ ਟੁੱਟਣ ਵਾਲੇ ਵੀ ਹੁੰਦੇ ਨੇ, ਟੁੱਟ ਵੀ ਜਾਂਦੇ ਨੇ, ਪਰ ਮੈਂ ਇਹ ਮੰਨਦਾ ਕਿ ਜੇ 3-3.5-4 ਲੱਖ ਵੀ ਉਹਦੇ ਵਿੱਚੋਂ ਰਹਿ ਜਾਏ ਤਾਂ ਬੜੀ ਵੱਡੀ ਪ੍ਰਾਪਤੀ ਹੈ। ਉਹ ਇਸ ਗੱਲ ਦਾ ਸਬੂਤ ਹੈ ਕਿ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਜਦੋਂ ਮੰਥਲੀ ਮਹੀਨੇ ਬਾਅਦ ਅਸੀਂ ਪ੍ਰੋਗਰਾਮ ਕਰਨੇ ਆ ਜਿਹਦੇ ਵਿੱਚ ਘੱਟ ਤੋਂ ਘੱਟ 70-80 ਹਜ਼ਾਰ ਸੰਗਤ ਹੁੰਦੀ ਹੈ, 70-80 ਹਜ਼ਾਰ ਸੰਗਤ ਵਿੱਚੋਂ ਸਾਨੂੰ 100-150-200 ਬੰਦਾ ਮਿਲੇਗਾ ਜਿਹਨਾਂ ਦੇ ਸਿਰ ਤੇ ਕੇਸ ਨਾ ਹੋਣ, ਜਿੱਥੇ ਸਾਰੇ ਦੇ ਸਾਰੇ ਅੰਮ੍ਰਿਤਧਾਰੀ ਹੁੰਦੇ ਨੇ, ਜੋ ਇੱਕ ਇੱਕ ਜੀ ਕਿਤੋਂ ਨਾ ਕਿਤੋਂ ਕਿਤੇ ਨਾ ਕਿਤੋਂ ਸਾਰੇ ਪਰਿਵਾਰ ਇਕੱਠਾ ਹੋਇਆ ਹੁੰਦਾ। ਮੈਨੂੰ ਵੀ ਪਿਛਲੇ 2-2.5 ਸਾਲ ਪਹਿਲਾਂ ਉੱਥੇ ਜਾਣ ਦਾ ਮੌਕਾ ਮਿਲਿਆ, ਮੈਂ ਕੀਤੇ ਦਰਸ਼ਨ, ਵਾਕਈ ਬੜੀ ਗੁਰੂ ਸਾਹਿਬ ਦੀ ਬਖਸ਼ਿਸ਼ ਹੈ। ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ। ਕੈਨੇਡਾ ਦੇ ਵਿੱਚ ਪਹਿਲੀ ਫੇਰੀ ਦੇ ਵਿੱਚ ਜਦੋਂ ਗੁਰਦੁਆਰਾ ਸਾਹਿਬ ਕਸ਼ਮੀਰ ਤੋਂ ਬਾਅਦ ਤੁਸੀਂ ਆਏ ਸੋ, ਮੈਨੂੰ ਵੀ ਯਾਦ ਹੈ ਕਿ ਸੰਗਤਾਂ ਦੀ ਲਾਈਨ ਨਹੀਂ ਸੀ ਟੁੱਟੀ ਤੁਹਾਡੇ ਪ੍ਰੋਗਰਾਮਾਂ ਨੂੰ ਸੁਣਨ ਦੇ ਲਈ, ਭਾਵੇਂ ਦੂਸਰਾ ਚੱਕਰ ਤੁਹਾਡਾ ਵਿਵਾਦਾਂ ਦੇ ਵਿੱਚ ਕੁਛ ਘਿਰ ਗਿਆ, ਪਰ ਮੈਂ ਉਸ ਪਾਸੇ ਨਾ ਜਾਵਾਂ। ਮੈਂ ਚਾਹਾਂਗਾ ਕਿ ਜਿਹੜੀ ਅੱਜ ਸਭ ਤੋਂ ਅਹਿਮ ਗੱਲਬਾਤ ਮੀਡੀਆ ਦੇ ਵਿੱਚ ਚੱਲ ਰਹੀ ਹੈ, ਕਿਉਂਕਿ ਕੁਛ ਦਿਨ ਪਹਿਲਾਂ ਤੁਹਾਡੇ ਡੇਰੇ ਨਾਲ ਸੰਬੰਧਿਤ ਕੋਈ ਵਿਅਕਤੀ ਨੇ, ਸੁਖਵਿੰਦਰ ਸਿੰਘ, ਜਿਹੜੇ ਕਿ ਤੁਹਾਡੇ ਨਾਲ ਕਾਫੀ ਲੰਮਾ ਸਮਾਂ ਡੇਰੇ ਨਾਲ ਰਹੇ ਨੇ ਤੇ ਤੁਹਾਡੇ ਨਾਲ ਢੋਲਕ ਵਜਾਉਂਦੇ ਰਹੇ ਨੇ, ਇਹਦੇ ਬਾਰੇ ਕਿੰਨੀ ਚਾਹੀਏ ਕਿ ਵਾਕਈ ਉਹ ਡੇਰੇ ਦੇ ਵਿੱਚ ਰਹੇ ਨੇ? ਉਹਨਾਂ ਨੇ ਇਹ ਇਲਜ਼ਾਮ ਲਾਇਆ ਕਿ ਮੈਨੂੰ ਇਸ ਕਰਕੇ ਬਾਬਾ ਜੀ ਨੇ ਫੜਵਾਇਆ ਕਿ ਮੈਂ ਉੱਥੋਂ 2 ਕਰੋੜ ਰੁਪਇਆ ਚੋਰੀ ਕੀਤਾ। ਇਸ ਤੱਥ ਬਾਰੇ ਦੱਸੋ ਕਿ ਸੁਖਵਿੰਦਰ ਸਿੰਘ ਉਹਨਾਂ ਨੂੰ ਕਦੋਂ ਤੋਂ ਤੁਸੀਂ ਜਾਣਦੇ ਹੋ, ਔਰ ਉਹਦੇ ਜਾਣ ਦਾ ਕਾਰਨ ਡੇਰੇ 'ਚ ਕੀ ਬਣਿਆ, ਕਿ ਉਹ ਆਪਣੇ ਆਪ ਗਿਆ ਜਾਂ ਡੇਰੇ 'ਚ ਤੁਸੀਂ ਕੱਢਿਆ, ਜਾਂ ਫਿਰ ਆਹ ਜਿਹੜੀ 2 ਕਰੋੜ ਰੁਪਏ ਚੋਰੀ ਦੀ ਗੱਲ ਹੈ ਇਹ ਸਪਸ਼ਟ ਕਰੋ। ਅੱਛਾ ਜੀ, ਮੇਨ ਗੱਲ ਅਸਲ ਵਿੱਚ ਇਹ ਹੈ ਕਿ 2002 ਵਿੱਚ ਸਾਡੇ ਕੋਲ ਆਇਆ ਸੀ, ਬਹੁਤ ਸਾਰੇ ਸਿੰਘ ਆਉਂਦੇ ਨੇ, ਉਹਨਾਂ ਵਿੱਚ ਇਹ ਵੀ ਆਇਆ ਕਿ ਮੈਂ ਤੁਹਾਡੇ ਕੋਲ ਰਹਿਣਾ ਚਾਹੁੰਦਾ ਜੀ, ਜਿੱਦਾਂ ਬਹੁਤ ਸਾਰੇ ਵਿਅੰਗਮ ਸਿੰਘ ਇੱਥੇ ਆਏ। 2002 ਵਿੱਚ ਆਉਂਦਾ ਹੈ, ਇਹ ਸਾਡੇ ਕੋਲ ਤਕਰੀਬਨ 4 ਸਾਲ ਰਿਹਾ ਢੋਲਕ, ਸਾਡਾ ਮੇਨ ਸਿੰਘ ਇੱਕੋ ਹੀ ਹੈ ਜਿਹੜਾ 12-13 ਸਾਲ ਤੋਂ ਮੇਰੇ ਨਾਲ ਵਜਾ ਰਿਹਾ, ਉਹੀ ਵਜਾ ਰਿਹਾ ਪੱਕਾ। ਇਹ ਸਾਈਡ ਤੇ ਨਾਲ ਬੈਠ ਕੇ ਕਦੇ ਢੋਲਕ ਵਜਾਉਣ ਲੱਗ ਗਿਆ, ਕਦੇ ਚਿਮਟਾ, ਜਿੱਦਾਂ ਵੀ ਜੋ ਸਾਜ਼ ਸੀ, ਤੇ ਇਹ 4 ਸਾਲ ਸਾਡੇ ਜਥੇ ਦੇ ਵਿੱਚ ਰਿਹਾ ਜ਼ਰੂਰ ਸੀ। ਉਹਨੇ ਵੀ ਨਹੀਂ, ਇਹਨੇ ਵੀ ਇਹ ਗੱਲ ਕਹੀ ਮੈਨੂੰ ਕਿ ਮੈਂ ਇਕੱਲ ਭੈਣ ਆਪਣੀ ਨਾਲ ਗੱਲ ਕਰਦਾ, ਮੈਂ ਇਹਨੂੰ ਕਹਿੰਦਾ ਸੀ ਲਗਾਤਾਰ, ਸਾਡੇ ਇੱਥੇ ਇਹ ਵੀ ਸੀ ਕਿ ਤੁਸੀਂ ਮੂੰਹ ਬੋਲੀ ਵੀ ਕਿਸੇ ਨੂੰ ਭੈਣ ਬਣਾਉਂਦੇ ਹੋ ਤਾਂ ਉਹਦੇ ਨਾਲ ਗੱਲ ਕਰ ਰਹੇ ਹੋ ਖੜੇ ਹੋ ਕੇ, ਤੇ ਵੇਖਣ ਵਾਲਾ ਬੰਦਾ ਗਲਤ ਰੂਪ ਬਣਾ ਸਕਦਾ ਹੈ ਕੌਣ ਹੈ ਕੌਣ ਨਹੀਂ। ਮੈਂ ਇਹਨਾਂ ਨੂੰ ਇੱਥੋਂ ਤੱਕ ਵੀ ਕਿਹਾ ਕਿ ਤੁਹਾਡੀ ਜੇ ਸੱਚੀ ਸਿਸਟਰ ਵੀ ਆਉਂਦੀ ਹੈ ਤਾਂ ਉਹਦੇ ਨਾਲ ਵੀ ਤੁਸੀਂ ਸੰਗਤ ਵਿੱਚ ਖੜ ਕੇ ਸਾਈਡ ਤੇ ਗੱਲ ਕਰੋਗੇ ਤਾਂ ਉਹਦਾ ਰੂਪ ਗਲਤ ਬਣਦਾ, ਕਈ ਵਾਰੀ ਲੋਕਾਂ ਨੂੰ ਵੀ ਪਤਾ ਤੁਹਾਡੀ ਭੈਣ ਹੈ ਜੀ। ਇਸੇ ਤਰ੍ਹਾਂ ਇਹਨੇ ਗੱਲ ਕਹੀ ਕਿ ਕੋਈ ਚੰਡੀਗੜ੍ਹ ਤੋਂ ਮੇਰੀ ਭੈਣ ਨੇ ਬਣੀ ਹੈ ਜੀ। ਮੈਂ ਇਹਨੂੰ ਬੜਾ ਸਮਝਾਇਆ, ਮੈਂ ਕਿਹਾ ਕਾਕਾ ਏਦਾਂ ਦੀਆਂ ਗੱਲਾਂ ਠੀਕ ਨਹੀਂ, ਮੈਨੂੰ ਪਤਾ ਲੱਗੋ ਉਹਦੇ ਨਾਲ ਫੋਨ ਤੇ ਗੱਲਬਾਤ ਕਰਦਾ, ਸਿਰਫ ਇੰਨੀ ਗੱਲ, ਇਸ ਤੋਂ ਜ਼ਿਆਦਾ ਨਹੀਂ ਕਿ ਉਹ ਕੋਈ ਗਲਤ ਸੀ ਉਹਦੇ ਨਾਲ, ਸਿਰਫ ਇੰਨੀ ਗੱਲ ਸੀ ਕਿ ਫੋਨ ਫਾਨ ਕਰਦਾ ਹੈ। ਤੇ ਮੈਂ ਇਹਨੂੰ ਪਿਆਰ ਨਾਲ ਸਮਝਾਇਆ ਵੀ ਨਹੀਂ ਸਮਝਿਆ, ਤੇ ਉਸ ਵੇਲੇ ਫਿਰ 2006 ਵਿੱਚ ਜੱਥੇ ਵਾਲਾ ਸਿੰਘ ਗੱਡੀ ਤੇ ਬਿਠਾ ਕੇ ਇਹਨੂੰ ਮੈਂ ਕਿਹਾ ਘਰ ਛੱਡ ਕੇ, ਕਿਉਂਕਿ ਆਖੇ ਲੱਗਦਾ ਨਹੀਂ, ਮੰਗ ਕਹਿਣੇ ਚ ਨਹੀਂ ਸੀ ਚੱਲਦਾ। ਇਹ ਹੁਣ 6 ਵਿੱਚ ਚੱਲਿਆ ਗਿਆ, 7-8-9 ਤਕਰੀਬਨ 10, ਇਹ 4 ਸਾਲ ਫਿਰ ਬਾਹਰ ਰਿਹਾ ਕਈ ਥਾਵਾਂ ਚ, ਕੋਈ ਜਲੰਧਰ ਪਤਾ ਨੀ ਕਿੱਥੇ ਕਿੱਥੇ ਰਿਹਾ। 4 ਸਾਲ ਬਾਅਦ ਇਹ ਫਿਰ ਦੁਬਾਰਾ ਆਇਆ, ਕਹਿੰਦਾ ਬਾਬਾ ਜੀ ਮੇਰਾ ਇੱਥੋਂ ਜਾਣ ਤੋਂ ਬਾਅਦ ਦਿਲ ਨੀ ਲੱਗਦਾ, ਮੇਰਾ ਮਨ ਨੀ ਲੱਗਦਾ, ਇਸ ਕਰਕੇ ਮੈਨੂੰ ਤੁਸੀਂ ਦੁਬਾਰਾ ਰੱਖ ਲਓ। ਮੈਂ ਬਹੁਤ ਕਿਹਾ, ਮੈਂ ਕਿਹਾ ਹੁਣ ਤੋਂ ਇੱਥੇ ਸਾਰੇ ਸਿੰਘ ਹੈਗੇ ਆ ਪੱਕੇ ਹੈ, ਔਰ ਮੈਂ ਬਹੁਤਿਆਂ ਸਿੰਘਾਂ ਨੂੰ ਗ੍ਰਿਸ਼ਤੀ ਬਣਾਇਆ, ਵਿਆਹ ਕੀਤੇ ਨੇ। ਸਿਰਫ ਇਹਨਾਂ ਗੱਲਾਂ ਕਰਕੇ ਮੈਂ ਹਰ ਇੱਕ ਆਪਣੇ ਸਿੰਘ ਨੂੰ ਕਹਿੰਦਾ ਵੀ ਜੇ ਤੇਰਾ ਮਨ ਹੈ ਸ਼ਾਦੀ ਕਰਾਉਣ ਦਾ
ਤੂੰ ਮੈਨੂੰ ਅੱਜ ਦੱਸੇਗਾ ਤੇ ਮੈਂ ਕੱਲ ਨੂੰ ਕਿਤੋਂ ਨਾ ਕਿਤੋਂ ਅਸੀਂ ਰਿਸ਼ਤਾ ਲੱਭ ਸਕਦੇ ਹਾਂ, ਤੇਰਾ ਅਸੀਂ ਵਿਆਹ ਕਰਾਂਗੇ, ਪਰ ਐਸੀ ਗੱਲ ਨਾ ਕੋਈ ਕਰੀ ਜਿਹਦੇ ਕਰਕੇ ਮੇਰੀ ਜ਼ਿੰਦਗੀ ਚ ਦਾਗ ਲੱਗੇ, ਸਾਡੇ ਜਥੇ ਤੇ ਦਾਗ ਲੱਗੇ। ਸੋ ਤੁਸੀਂ ਇਸੇ ਕਰਕੇ ਵੇਖੋਗੇ ਸਾਡੇ ਜਥੇ ਦੇ ਵਿੱਚ 80% ਜਿਹੜੇ ਸਿੰਘ ਨੇ ਉਹ ਗ੍ਰਿਸ਼ਤੀ ਨੇ, ਗ੍ਰਿਸ਼ਤੀ ਸਿੰਘ ਨੇ। ਸਿਰਫ ਇੱਥੇ ਇਸ ਵੇਲੇ ਚਾਰ ਪੰਜ ਛੇ ਵਿਹੰਗਮ ਸਿੰਘ ਹੋਣਗੇ, ਬਾਕੀ ਸਾਰੇ ਸਿੰਘ ਗ੍ਰਿਸ਼ਤੀ ਨੇ। ਤੇ ਇਹ ਦੁਬਾਰਾ ਜਦੋਂ ਆਇਆ ਮੈਨੂੰ ਕਹਿੰਦਾ ਕਿ ਮੈਨੂੰ ਤੁਸੀਂ ਬਾਬਾ ਜੀ ਰੱਖੋ। ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਮੈਂ ਤੂੰ 4 ਸਾਲ ਪਹਿਲਾਂ ਚਲਿਆ ਗਿਆ ਸੀ, ਤੂੰ ਸਾਰਾ ਸਿੰਘ ਹੁਣ ਸਾਰੇ ਸੈੱਟ ਨੇ, ਮੈਂ ਨਹੀਂ ਰੱਖਣਾ। ਉਹ ਬਹੁਤਾ ਹੀ ਖਹਿੜਾ ਕਰਦਾ ਰਿਹਾ, ਫਿਰ ਅਸੀਂ ਨਹੀਂ ਰੱਖਿਆ ਆਪਣੇ ਆਪ ਹੀ। ਉਹ ਮੱਝਾਂ ਵਾਲੇ ਪਾਸੇ ਮੈਂ ਕੰਮ ਕਰ ਲੈਂਦਾ, ਮੈਂ ਗੋਹਾ ਸਿੱਟਣਾ ਸ਼ੁਰੂ ਕਰ ਦਿੰਦਾ। ਉਸ ਤੋਂ ਬਾਅਦ ਇਹ 10 ਵਿੱਚ ਆਉਂਦਾ ਤੇ 5-6 ਮਹੀਨੇ ਉਹਦੇ ਵਿੱਚ ਹੀ ਇਹ ਮੱਝਾਂ ਵਾਲੇ ਪਾਸੇ ਗੋਹਾ ਸਿੱਟਦਾ ਰਿਹਾ, ਉਸ ਤੋਂ ਬਾਅਦ ਲੰਗਰ ਚ ਸੇਵਾ ਕਰਦਾ ਰਿਹਾ। ਉਹਨੇ ਨੂੰ ਸਾਡੇ ਇੱਥੇ ਅਸੀਂ ਯਾਤਰਾ ਲੈ ਕੇ ਗਏ ਸੀਗੇ ਹਜ਼ੂਰ ਸਾਹਿਬ, ਸਾਰੀ ਸੰਗਤ ਅਮੈਰੀਕਾ ਦੀ ਵੀ, ਕੈਨੇਡਾ ਦੀ ਵੀ, ਇੰਗਲੈਂਡ ਦੀ ਵੀ, ਆਸਟ੍ਰੇਲੀਆ ਦੀ ਸੰਗਤ ਆਈ ਸੀ, 6-7 ਬੱਸਾਂ ਜੀ। ਅਸੀਂ ਸਾਰੀ ਸੰਗਤ ਨੂੰ ਜਦੋਂ ਲੈ ਕੇ ਗਏ ਆ ਹਜ਼ੂਰ ਸਾਹਿਬ ਯਾਤਰਾ ਤੇ, ਉਹਦੇ ਵਿੱਚ ਵਲਵੋ ਬੱਸਾਂ ਸੀ, ਸਾਰਾ ਖਰਚਾ ਜਿੰਨਾ ਹੋਇਆ 25-30 ਲੱਖ ਰੁਪਇਆ। ਜਦੋਂ ਯਾਤਰਾ ਤੋਂ ਅਸੀਂ ਵਾਪਸ ਆਏ ਤਾਂ ਸੰਗਤ ਨੇ ਅੰਦਾਜ਼ਾ ਲਾਇਆ ਕਿ ਇੰਨਾ ਖਰਚਾ ਬੱਸਾਂ ਉੱਤੇ ਹੋਇਆ। ਸਾਰਿਆਂ ਨੇ ਥੋੜਾ ਥੋੜਾ ਆਪਣਾ ਹਿੱਸਾ ਪਾਇਆ ਕਿ ਬਾਬਾ ਜੀ ਤੁਹਾਡੇ ਤੇ ਬੋਝ ਥੋੜਾ ਪਾਉਣਾ ਹੈ, ਆਹ ਸਾਡੇ ਵੱਲੋਂ ਇਹ ਸਾਰਾ ਯਾਤਰਾ ਦਾ ਜਿੰਨਾ ਖਰਚਾ ਹੋਇਆ ਰਸਤੇ ਦੇ ਵਿੱਚ ਜਾਂ ਹੋਰ ਤੇਲ ਦਾ, ਗੱਡੀਆਂ ਕਿਰਾਏ ਤੇ ਕੀਤੀਆਂ, ਉਹ ਜਿਹੜਾ ਸੀ ਉਹ 25-30 ਲੱਖ ਰੁਪਇਆ ਸੀ, ਜਿਹੜਾ ਕਿ ਮੇਰੇ ਕਮਰੇ ਦੇ ਵਿੱਚ ਪਿਆ ਸੀ। ਉਹ ਪੈਸਾ ਚੋਰੀ ਹੋਇਆ। ਇਹ ਕਦੋਂ ਹੋਇਆ ਚੋਰੀ ਬਾਬਾ ਜੀ? ਇਹ ਜਨਵਰੀ ਦੇ ਅਸੀਂ ਗਏ ਸੀ ਨਵੇਂ ਸਾਲ ਤੇ, ਮੇਰਾ ਖਿਆਲ 14-15 ਜਨਵਰੀ ਨੂੰ ਹੋਇਆ, 2012 ਇਸੇ ਸਾਲ ਚ। ਇਸੇ ਸਾਲ ਚ ਨਹੀਂ ਜੀ, 11 ਚ ਹੋਇਆ ਜੀ। 10 ਵਿੱਚ ਸਾਡੇ ਕੋਲ ਆਉਂਦਾ ਜੀ। ਉਸ ਤੋਂ 6 ਮਹੀਨੇ ਬਾਅਦ ਦੀ ਗੱਲ ਹੈ, ਜਦੋਂ 15-16 ਜਨਵਰੀ ਨੂੰ ਇੱਥੋਂ ਮੇਰੇ ਪਿੱਛੋਂ ਖਿੜਕੀ ਖੁੜਕੀ ਤੋੜ ਕੇ ਕੋਈ ਚੋਰੀ ਹੋਈ ਹੈ, ਤਾਂ ਇੱਕਦਮ ਮੈਂ ਅਸੀਂ ਹੁਣ ਸੋਚਿਆ ਵੀ ਹੁਣ ਇਹ ਤਾਂ ਘਰ ਦੇ ਭੇਤੀ ਦੀ ਗੱਲ ਹੈ, ਕੋਈ ਵੀ ਇੱਥੇ ਤੱਕ ਅੱਜ ਤੱਕ ਕੋਈ ਸਾਡੇ ਕਮਰੇ ਦੇ ਵਿੱਚ ਸਿੰਘ ਨਹੀਂ ਆਉਂਦੇ, ਵੀ ਇਹੀ ਜਿਹੜੇ ਸਿੰਘ ਪੰਜ ਸੱਤ ਦਾ ਸੌਣ ਵਾਲੇ ਨੇ। ਤੇ ਉਦੋਂ ਇੱਕ ਦਿਨ ਪਹਿਲਾਂ ਹੀ ਇਹ ਕਮਰੇ 'ਚ ਇੱਥੇ ਤੇ ਆ ਕੇ ਗਿਆ ਸੀ। 10 ਸਿੰਘਾਂ ਨੂੰ ਇਨਵੈਸਟੀਗੇਸ਼ਨ ਕਰਨ ਵਾਸਤੇ ਕੋਈ ਵਾਈ ਨੇਮ ਪਰਚਾ ਨਹੀਂ ਹੋਇਆ, ਸਿਰਫ ਅਸੀਂ ਐਸ ਐਚ ਓ ਜੱਸਾ ਸਿੰਘ ਸੀ ਉਸ ਵੇਲੇ, ਹੁਣ ਤਾਂ ਉਹ ਰਿਟਾਇਰ ਹੋ ਗਿਆ, ਉਹਨਾਂ ਨੂੰ 1.5 ਸਾਲ ਮੇਰਾ ਖਿਆਲ ਹੈ ਜਨਵਰੀ ਦੀ ਇਹ ਗੱਲ ਹੈ, ਫਰਵਰੀ ਵਿੱਚ ਉਹ ਰਿਟਾਇਰ ਹੋ ਗਏ ਸੀ। ਉਹਨਾਂ ਨੂੰ ਅਸੀਂ CI ਸਟਾਫ ਵਿੱਚ ਸਨ, ਉਹਨਾਂ ਨੂੰ ਮੈਂ ਕਿਹਾ ਸਾਡੇ ਜਿਹੜੇ ਆ ਸਿੰਘ ਨੇ ਇਹਨਾਂ ਦੇ ਉੱਤੇ ਸਾਨੂੰ ਕਈ ਬੰਦਿਆਂ ਉੱਤੇ ਸ਼ੱਕ ਹੈਗਾ ਹੈ, ਤੇ ਤੁਸੀਂ ਇਸ ਤਰ੍ਹਾਂ ਕਰੋ ਕਿਉਂਕਿ ਇਹਦੇ ਭਰਾ ਜਿਹੜੇ ਨੇ ਉਹ ਚੋਰੀ ਦੇ ਵਾਰਦਾਤਾਂ ਵਿੱਚ ਅੱਗੇ ਵੀ ਫੜੇ ਫੁੜੇ ਗਏ ਆ, ਵੀ ਤੁਸੀਂ ਏਦਾਂ ਕਰੋ ਵੀ ਇਹ ਜਿਹੜੇ ਸਿੰਘਾਂ ਨੂੰ ਤੁਸੀਂ ਲੈ ਕੇ ਜਾਓ, ਉੱਥੇ ਬੈਠ ਕੇ ਆਪਣੇ ਤਰੀਕੇ ਨਾਲ ਸਿਰਫ ਪੁੱਛਗਿੱਛ ਕਰਨੀ ਹੈ, ਇਸ ਤੋਂ ਵੱਧ ਕੋਈ ਗੱਲ ਨਹੀਂ ਕਰਨੀ। ਉਹ ਲੈ ਕੇ ਗਏ ਨੇ, ਇੱਕ ਨੂੰ ਇਹਨੂੰ ਇਕੱਲੇ ਨੂੰ ਨਹੀਂ ਲੈ ਕੇ ਗਏ, 10 ਸਿੰਘ ਉਸ ਵੇਲੇ ਨਾਲ ਗਏ ਸੀ, ਉਹ ਸਾਰੇ ਇੱਥੇ ਗਵਾਹ ਨੇ, ਬਾਕੀ ਦੇ 9 ਸਾਡੇ ਸਥਾਨ ਤੇ ਉਵੇਂ ਜਿਵੇਂ ਰਹਿੰਦੇ ਨੇ। ਇਹ ਉੱਥੇ ਵੀ ਜਦੋਂ ਗਿਆ ਤੇ ਇਹਨੇ ਬੜਾ ਪੁੱਠਾ ਸਿੱਧਾ ਉੱਥੇ ਬੋਲਣਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਮੈਨੂੰ ਉਹਨੇ ਕਾਲ ਕੀਤੀ, ਕਹਿੰਦੇ ਬਾਬਾ ਜੀ ਮੈਨੂੰ ਇਹ ਲੱਗਦਾ ਵੀ ਇਹ ਬੰਦਾ। ਮੈਂ ਕਿਹਾ ਜੋ ਮਰਜ਼ੀ ਹੈ ਤੁਸੀਂ ਇਹਨੂੰ ਸਾਰ, ਇਹਦੇ ਨਾਲ ਅਸਥਾਨ ਦੀ ਬਦਨਾਮੀ ਹੁੰਦੀ ਹੈ, ਜੇ ਜੋ ਹੋ ਗਿਆ ਹੁਣ ਉਹਨੂੰ ਛੱਡੋ। ਕੋਈ ਅਸੀਂ ਬਾਈ ਨੇਮ ਪਰਚਾ ਨੀ ਕਰਾਇਆ, ਇਹਦੇ ਕਿਸੇ ਬੰਦੇ ਨੇ ਕੋਈ ਹੱਥ ਨਹੀਂ ਲਾਇਆ। ਉਸ ਤੋਂ ਬਾਅਦ ਇਹ ਮੇਰਾ ਖਿਆਲ ਹੈ ਕਿ 15 ਨੂੰ ਚੋਰੀ ਹੁੰਦੀ ਹੈ, 17 ਨੂੰ ਇਹਨਾਂ ਨੂੰ ਲੈ ਕੇ ਜਾਂਦੇ ਨੇ, 17 ਦੀ ਰਾਤ ਨੂੰ ਹੀ ਉਸੇ ਸ਼ਾਮ ਨੂੰ ਹੀ ਇਹਨਾਂ ਨੂੰ ਸਾਰਿਆਂ ਨੂੰ ਪਰਮੇਸ਼ਰ ਦੁਆਰ ਵਾਪਸ ਛੱਡ ਕੇ ਚਲੇ ਗਏ। ਅਸੀਂ ਗੱਡੀ ਦੇ ਵਿੱਚ, ਮੈਂ ਕਿਹਾ ਇਹਨੂੰ ਬਿਠਾਓ, ਇਹ ਬੰਦਾ ਨੀ ਠੀਕ, ਇਹ ਹੋਰ ਤਰ੍ਹਾਂ ਦਾ ਸਿਸਟਮ ਹੈ ਉਹਦਾ। ਉਹਦੇ ਘਰ ਜਾ ਕੇ ਉਹਦੀ ਮਾਂ ਨੂੰ ਉਹਦੀ ਬਾਂਹ ਫੜਾਏ ਵੀ ਲੈ ਤੇਰਾ ਪੁੱਤਰ ਤੈਨੂੰ ਫੜਾਇਆ। ਅੱਛਾ, ਉਸ ਤੋਂ ਬਾਅਦ ਇਹ ਸਾਨੂੰ ਨਾ ਮਿਲਿਆ। ਕੋਈ ਜਿੱਥੇ ਮਰਜ਼ੀ ਕੋਈ ਲਿਸਟ ਕਢਾ ਲੈ, ਕਿਸੇ ਸਾਡੇ ਸਥਾਨ ਤੋਂ ਕਿਸੇ ਸਿੰਘ ਦਾ ਇਹਨੂੰ ਫੋਨ ਨੀ ਗਿਆ, ਕੋਈ ਕਾਲ ਨੀ ਇਹਦੇ ਨਾਲ ਹੋਈ, ਮੁੜ ਕੇ ਦਾ ਸਾਡੇ ਨਾਲ ਕੋਈ ਸੰਪਰਕ ਨੀ ਹੋਇਆ। ਹੁਣ ਹੋਇਆ, ਅੱਜ ਤੋਂ 15 ਦਿਨ ਪਹਿਲਾਂ ਸਾਨੂੰ ਪਤਾ ਲੱਗਦਾ, ਮੈਨੂੰ ਕਾਲ ਆਈ, ਬਾਹਰ ਵੀ ਵਕੀਲ ਆਏ ਨੇ ਹਾਈਕੋਰਟ ਤੋਂ ਜੀ। ਮੈਂ ਪੁੱਛ ਰਿਹਾ ਵੀ ਕਿਉਂ ਆਏ ਨੇ, ਕਹਿੰਦੇ ਜੀ ਏਦਾਂ ਕਰਕੇ ਸੰਮਣ ਲੈ ਕੇ ਆਏ ਨੇ। ਮੈਂ ਕਿਹਾ ਸੰਮਣ ਕਾਹਦੇ? ਉਹ ਕਹਿੰਦੇ ਜੀ ਜਿਹੜਾ ਭਲਵਾਨ ਸੀ, ਇਹਨੂੰ ਕਹਿੰਦੇ ਹੁੰਦੇ ਸੀ ਸੁਖਵਿੰਦਰ ਨੂੰ, ਵੀ ਭਲਵਾਨ ਦੇ ਮਾਤਾ ਪਿਤਾ ਨੇ ਤੁਹਾਡੇ ਤੇ ਕੇਸ ਕੀਤਾ ਹੈ ਹਾਈ ਕੋਰਟ ਵਿੱਚ, ਵੀ ਸਾਡਾ ਮੁੰਡਾ ਪੁਲਿਸ ਨੇ ਚੁੱਕਿਆ ਜੀ। ਹੈਲੋ, ਪੁਲਿਸ ਨੇ ਸਾਡਾ ਬੱਚਾ ਚੁੱਕ ਲਿਆ, ਪੁਲਿਸ ਨੇ ਸਾਡਾ ਬੱਚਾ ਚੁੱਕ ਲਿਆ। ਮੈਂ ਕਿਹਾ ਠੀਕ ਹੈ, ਵੀ ਇਹ ਸਾਡੇ ਤੇ ਇਹਨਾਂ ਨੇ ਕਾਹਦਾ ਪਰਚਾ ਕੀਤਾ? ਵੀ ਨਾ ਜਾਣੀਏ ਨਾ ਬੁੱਝੀਏ ਕਿੱਥੇ ਉਹ ਰਹਿੰਦਾ ਕਿੱਥੇ ਨਹੀਂ ਰਹਿੰਦਾ, ਸਾਡੇ ਕੋਲ 1.5 ਸਾਲ ਤੋਂ ਗਿਆ,
ਬੜੂ ਸਾਹਿਬ ਅਕੈਡਮੀ ਹੈ, ਤੁਹਾਨੂੰ ਪਤਾ ਹੈ ਸੰਤ ਧਦਰ ਸਿੰਘ ਉਹਨਾਂ ਦਾ ਜਨਮ ਨਗਰ ਹੈ ਚੀਮਾ, ਚੀਮਾ ਚੀਮੇ ਦੇ ਵਿੱਚ ਇਹ ਡੇਢ ਸਾਲ ਰਹਿੰਦਾ ਰਿਹਾ, ਸਾਰਾ ਕੁਝ ਠੀਕ ਚੱਲ ਰਿਹਾ ਸੀ। ਅੱਛਾ, ਜਦੋਂ ਇਹ ਨਹੀਂ ਲੱਭਿਆ ਤੇ ਉਸੇ ਵੇਲੇ ਮਾਤਾ ਪਿਤਾ ਨੇ ਸਾਨੂੰ ਸਾਡੇ ਦੇ ਸਾਡਾ ਨੇਮ ਬਾਈ ਨੇਮ ਔਰ ਉਹਦੇ ਵਿੱਚ ਐਸ ਐਚ ਓ ਸੀ ਏ ਸਟਾਫ ਦਾ ਐਸ ਐਸ ਪੀ ਪਟਿਆਲਾ ਹੋਮ ਮਿਨਿਸਟਰੀ ਪੰਜਾਬ ਤੇ ਪੰਜਾਬ ਸਰਕਾਰ ਇਹਨਾਂ ਪੰਜਾਂ ਨੂੰ ਵਿੱਚ ਲੈ ਕੇ ਕੇਸ ਕੀਤਾ ਵੀ ਸਾਡਾ ਬੱਚਾ ਸਾਨੂੰ ਸ਼ੱਕ ਹੈ ਵੀ ਇਹਨਾਂ ਨੇ ਪੁਲਿਸ ਨੂੰ ਕਿਤੇ ਚੁਕਵਾ ਦਿੱਤਾ। ਅੱਛਾ, ਉਹ ਸੰਮਣ ਸਾਡੇ ਕੋਲ ਆਏ ਨੇ, ਮੈਂ ਵਕੀਲ ਨਾਲ ਗੱਲ ਕੀਤੀ ਹੈ, ਉਹ ਕਹਿਣ ਲੱਗੇ ਜੀ ਕੋਈ ਗੱਲ ਨੀ, ਤੁਸੀਂ ਆਪਣੇ ਵੱਲੋਂ ਦੱਸ ਦਿਓ ਜੋ ਤੁਹਾਡੇ ਕੋਲ ਰਿਹਾ ਨਹੀਂ ਰਿਹਾ ਤੇ 10 ਤਰੀਕ ਨੂੰ ਹੋਏਗਾ ਤੇ ਕੇਸ ਇੱਦਾਂ ਦਾ ਹੁੰਦਾ ਵੀ ਮੈਂ ਕਿਸੇ ਨੇ ਮਾਂ ਪਿਓ ਬਾਬਾ ਜੀ ਸੱਚੇ ਨੇ ਉਹਨਾਂ ਦਾ ਬੱਚਾ ਲੱਭ ਨੀ ਰਿਹਾ ਤਾਂ ਕਰਕੇ ਉਹਨਾਂ ਨੇ ਆਪਣੇ ਤੇ ਕਰ ਦਿੱਤਾ ਵੀ ਸ਼ਾਇਦ ਇਹਨਾਂ ਨੂੰ ਪਤਾ ਹੋਵੇ। ਔਰ ਐਸਾ ਉਹਨੇ ਕਿਹਾ ਵੀ ਐਸਾ ਹੋ ਜਾਂਦਾ ਹੁੰਦਾ ਕਈ ਵਾਰੀ ਇਹ ਮਾਂ ਪਿਓ ਦੇ ਅੰਦਰ ਸ਼ੱਕ ਹੁੰਦਾ। ਅਸੀਂ ਚਲੋ ਅਜੇ ਉਸ 10 ਤਰੀਕ ਨੂੰ ਉਡੀਕ ਰਹੇ ਆ ਕਿ ਅੱਜ ਤੋਂ 4 ਦਿਨ ਪਹਿਲਾਂ ਇਹਨੂੰ ਪਟਿਆਲੇ ਵੇਖਿਆ ਖਲੋਤਿਆਂ ਜੀ। ਜਦੋਂ ਪਟਿਆਲੇ ਖਲੋਤਿਆਂ ਵੇਖਿਆ ਮੈਨੂੰ ਸਿੰਘਾਂ ਨੇ ਫੋਨ ਕੀਤਾ ਬਾਬਾ ਜੀ ਉਹ ਭਲਵਾਨ ਇੱਥੇ ਖਲੋਤਾ ਹੈ ਤੇ ਉਹਦਾ ਕੀ ਕਹੀਏ। ਮੈਂ ਕਿਹਾ ਤੁਸੀਂ ਉਹਨੂੰ ਕੁਛ ਨੀ ਕਹਿਣਾ, ਤੁਸੀਂ ਹੱਥ ਲਾਓਗੇ ਤੇ ਲੋਕ ਕਹਿਣਗੇ ਗੱਲ ਤਾਂ ਸੱਚੀ ਹੋ ਗਈ, ਤੁਸੀਂ ਏਦਾਂ ਕਰੋ ਤੁਸੀਂ ਥਾਣੇ ਇਤਲਾਹ ਕਰੋ ਵੀ ਸਾਡੇ ਉੱਤੇ ਕੇਸ ਕੀਤਾ ਤੇ ਆਹ ਬੰਦਾ ਇਹ ਫਿਰਦਾ ਪਟਿਆਲੇ ਵਿੱਚ। ਉਸੇ ਵੇਲੇ ਪੁਲਿਸ ਵਾਲੇ ਗਏ ਨੇ, ਉਹ ਬੱਸ ਵਿੱਚ ਚੜੇ ਆ, ਪੁਲਿਸ ਵਾਲਿਆਂ ਨੇ ਉਹਨੂੰ ਬੱਸ ਵਿੱਚੋਂ ਥੱਲੇ ਉਤਾਰਿਆ, ਚੌਂਕੀ ਦੇ ਵਿੱਚ ਬਿਠਾ ਕੇ, ਪਸਿਆਣਾ ਸਾਡੇ ਚੌਂਕੀ ਪੈਂਦੀ ਹੈ, ਸਾਡੇ ਸਿੰਘ ਕੋਲ ਬੈਠੇ ਨੇ, ਸਿਰਫ ਅੱਧਾ ਘੰਟਾ ਉਹਨੂੰ ਬਿਠਾਇਆ, ਉਹਨੂੰ ਪੁੱਛਿਆ ਉੱਥੋਂ ਦੇ ASI ਨੇ ਕਿ ਦੱਸੋ ਤੂੰ ਕਾਕਾ ਤੇਰੇ ਮਾਂ ਪਿਓ ਨੇ ਇਹਨਾਂ ਤੇ ਕੇਸ ਕੀਤਾ ਹੋਇਆ। ਉਹ ਕਹਿੰਦਾ ਉਹਨਾਂ ਨੂੰ ਪਤਾ ਨਹੀਂ ਸੀ, ਮੈਨੂੰ ਸੱਚਮੁੱਚ ਪੁਲਿਸ ਨੇ ਚੁੱਕਿਆ, ਭਵਾਨੀਗੜ੍ਹ ਪੁਲਿਸ ਨੇ ਚੱਕਿਆ, ਕਿੰਨੇ ਨੰਬਰ ਪਰਚਾ ਹੋਇਆ ਕੀ ਪਰਚਾ ਹੋਇਆ ਇਹ ਵੀ ਮੈਂ ਤੁਹਾਨੂੰ ਦੱਸ ਸਕਦਾ, ਮੈਨੂੰ ਹੁਣ ਯਾਦ ਨਹੀਂ ਹੈ, ਮੈਂ ਪਤਾ ਕਰਕੇ ਸਾਰਾ ਦੱਸ ਸਕਦਾ। ਨਹੀਂ ਉਹਦੇ ਵਿੱਚ ਉਹ ਕਹਿੰਦੇ ਨੇ ਥੋੜਾ ਜਿਹਾ ਤੁਹਾਨੂੰ ਇੱਕ ਮਹਿਸੂਸ ਨਹੀਂ ਆ ਤੁਹਾਡੀ ਗੱਲ, ਕਿਉਂਕਿ ਉਹ ਕਹਿ ਰਹੇ ਆ ਕਿ ਮੈਨੂੰ ਬੱਸ ਦੇ ਵਿੱਚੋਂ ਬਾਬਾ ਜੀ ਦੇ ਸਿੰਘਾਂ ਨੇ ਰੋਕਿਆ ਤੇ ਮੈਨੂੰ ਸਾਰਿਆਂ ਦੇ ਸਾਹਮਣੇ ਉਹਨਾਂ ਨੇ ਥੱਪੜਾਂ ਮਾਰੀਆਂ ਨੇ ਤੇ ਪੁਲਿਸ ਵਾਲਿਆਂ ਨੂੰ ਪਟਵਾਇਆ। ਜਿਹੜੀ ਗੱਲ ਮੈਂ ਕਿਉਂਕਿ ਮੈਂ ਨਾਲ ਦੀ ਨਾਲ ਫਿਰ ਇਸ ਗੱਲ ਨੂੰ ਉਹ ਕਰੀ ਜਾਵਾਂ, ਕਿਉਂਕਿ ਉਹ ਦੋਸ਼ ਲਾ ਰਹੇ ਸਨ ਕਿ ਮੈਨੂੰ ਬਾਬਾ ਜੀ ਦੇ ਕਹਿ ਦੇ ਉੱਤੇ ਹੀ ਫੜਿਆ ਗਿਆ, ਮੈਨੂੰ ਟੋਰਚਰ ਕੀਤਾ ਗਿਆ, ਇਹ ਗੱਲ ਪੁੱਛੀ ਗਈ ਹੈ ਕਿ ਤੁਸੀਂ ਬਾਬਾ ਰਣਜੀਤ ਸਿੰਘ ਉਹਨਾਂ ਦੇ ਪੈਸੇ ਚੁੱਕੇ ਆ ਤੇ ਉਹ ਤੁਸੀਂ ਦੱਸੋ। ਉਹਨਾਂ ਨੇ ਕਿਹਾ ਵੀ ਮੈਂ ਕੋਈ ਪੈਸੇ ਨਹੀਂ ਚੁੱਕੇ, ਮੈਂ 2 ਕਰੋੜ ਰੁਪਇਆ ਕਿੱਥੋਂ ਲਿਆਉਣਾ ਸੀ, ਮੈਂ ਕੀ ਕਰਨਾ ਸੀ, ਵਾਰ ਵਾਰ ਪੁੱਛਦੇ ਤੂੰ ਕਿੱਥੇ ਪਲਾਟ ਲੈ ਨੇ, ਕਿੱਥੇ ਕੋਠੀ ਲਈ ਹੈ। ਉਹ ਕਹਿੰਦਾ ਕਿ ਮੈਂ ਇਹੋ ਜਿਹਾ ਕੋਈ ਕੰਮ ਨਹੀਂ ਕੀਤਾ। ਮੈਨੂੰ ਟੋਰਚਰ ਕਰਨ ਤੋਂ ਬਾਅਦ ਉਹਨਾਂ ਨੇ ਇਹ ਗੱਲ ਆਖੀ ਕਿ ਬਕਾਇਦਾ ਉਹਨਾਂ ਨੇ ਅੱਜ ਰਿਕਾਰਡਿੰਗ ਦੇ ਵਿੱਚ ਇਹ ਗੱਲ ਆਖੀ ਹੈ ਕਿ ਮੇਰੇ ਬਾਅਦ ਦੇ ਵਿੱਚ ਜਿਹੜਾ ਉੱਥੇ CI ਸਟਾਫ ਦਾ ਕੋਈ ਅਫੀਸਰ ਸੀ, ਪੁਲਿਸ ਅਫੀਸਰ, ਉਹਨੇ ਗੱਲ ਕਹੀ ਕਿ ਮੈਨੂੰ ਬਾਬਾ ਜੀ ਦਾ ਹੁਕਮ ਹੈ ਕਿ ਇਹ ਬੰਦਾ ਕੁਕਰਮ ਕਰ ਰਿਹਾ ਤੇ ਕੇਸ ਕਤਲ ਕਰ ਦਿਓ। ਕੇਸ ਕਹਿੰਦਾ ਮੇਰੇ ਕਤਲ ਕਰ ਦਿੱਤੇ ਪਰ ਮੈਨੂੰ ਨੀ ਪਤਾ ਵੀ ਕਿਹੜੇ ਵੇਲੇ ਕੀਤੇ ਨੇ, ਉਸ ਵੇਲੇ ਮੈਂ ਪੂਰਾ ਬੇਹੋਸ਼ ਸੀ, ਸੋ ਮੇਰੀ ਜਾਨ ਨੂੰ ਖਤਰਾ ਹੈ ਕਿ ਬਾਬਾ ਜੀ ਕਿਸੇ ਵੇਲੇ ਵੀ ਮੈਨੂੰ ਮਰਵਾ ਸਕਦੇ ਆ, ਕਿਉਂਕਿ ਉਹਨਾਂ ਦੀ ਰਾਜਸੀ ਤਾਕਤ ਔਰ ਪੁਲਿਸ ਦੇ ਵਿੱਚ ਤਾਕਤ ਬਹੁਤ ਜ਼ਿਆਦਾ, ਪੈਸਾ ਉਹਨਾਂ ਕੋਲ ਬਹੁਤ ਜ਼ਿਆਦਾ। ਇਸ ਕਰਕੇ ਮੈਂ ਹਾਈ ਕੋਰਟ ਦੇ ਵਿੱਚ ਗਿਆ ਤੇ ਮੇਰੇ ਵਕੀਲਾਂ ਨੇ ਜਾ ਕੇ ਜਿਹੜੇ ਵਕੀਲ ਨੇ ਮੇਰੇ ਉਹਨਾਂ ਨੇ ਜਾ ਕੇ ਹਾਈ ਕੋਰਟ ਦੇ ਵਿੱਚ ਕੇਸ ਕੀਤਾ ਤੇ ਫਿਰ ਮੈਨੂੰ ਬੜੀ ਪੀੜ ਆਈ। ਇਹ ਗੱਲ ਉਹਨਾਂ ਦੀ ਜ਼ਬਾਨੀ ਹੈ। ਨਹੀਂ ਜੀ, ਇਹ ਗੱਲ ਮੈਂ ਸਾਰੀ ਗੱਲ ਤੁਹਾਡੀ ਸਮਝ ਗਿਆ। ਮੈਂ ਆਪ ਜੀ ਨੂੰ ਸਿਰਫ ਦੱਸਿਆ ਕਿ 15 ਦਿਨ ਪਹਿਲਾਂ ਸੰਮਣ ਆਉਂਦੇ ਨੇ, ਅਸੀਂ ਹਾਈ ਕੋਰਟ ਨੂੰ ਅਜੇ ਜਵਾਬ ਦੇਣਾ ਤੇ ਇਹ ਸਾਨੂੰ ਪਟਿਆਲੇ ਮਿਲ ਪੈਂਦਾ। ਪੁਲਿਸ ਨੂੰ ਇਨਫੋਰਮ ਕੀਤਾ, ਸਾਡੇ ਸਿੰਘ ਨੇ ਕਿਸੇ ਨੇ ਹੱਥ ਨਹੀਂ ਲਾਇਆ, ਅੱਧਾ ਘੰਟਾ ਪਸਿਆਣਾ ਚੌਂਕੀ ਦੇ ਵਿੱਚ ਇਹਦੇ ਨਾਲ ਗੱਲ ਕੀਤੀ ਹੈ ਬਿਠਾ ਕੇ। ਉਹਨਾਂ ਨੇ ਕਿਹਾ ਵੀ ਤੂੰ ਫਿਰਦਾ ਤਾਂ ਇੱਥੇ ਹੈ ਤੇ ਉੱਧਰ ਇਹਨਾਂ ਤੇ ਕੇਸ ਕੀਤਾ, ਤੂੰ ਤੇਰੇ ਤੇ ਤੂੰ ਹੈ ਕਿੱਥੇ ਸੀ ਇੰਨੇ ਦਿਨ। ਉਹਨੇ ਦੱਸਿਆ ਕਿ ਅਵਾਰਾ ਗਰਦੀ ਦੇ ਚੱਕਰ ਵਿੱਚ ਭਵਾਨੀਗੜ੍ਹ ਪੁਲਿਸ ਨੇ ਚੁੱਕਿਆ। ਮੈਂ ਆਪਣੇ ਸਿੰਘਾਂ ਨੂੰ ਕਿਹਾ ਇਹਨੂੰ ਛੱਡ ਦਿਓ, ਪੁਲਿਸ ਭਵਾਨੀਗੜ੍ਹ ਨੂੰ ਪੁੱਛੋ ਵੀ ਜਿਹੜਾ ਤੁਹਾਡਾ ਪਰਚਾ ਕੱਟਿਆ ਤੁਸੀਂ ਇਹਦੇ ਤੋਂ ਸਾਨੂੰ ਪਰਚੇ ਦੀ ਕਾਪੀ ਦੇ ਦਿਓ, ਅਸੀਂ ਜਿਦਣ ਉੱਥੇ ਹੋਏਗਾ ਹਾਈ ਕੋਰਟ ਵਿੱਚ ਪੇਸ਼ ਹੋਣਾ ਉੱਥੇ ਉਹ ਤੁਹਾਡਾ ਸਾਡੀ ਕਾਪੀ ਦੇ ਜਾਣਗੇ ਵੀ ਆਹ ਬੰਦਾ ਸੀ ਇਹ ਇਸ ਚੱਕਰ ਦੇ ਵਿੱਚ ਭਵਾਨੀਗੜ੍ਹ ਪੁਲਿਸ ਨੇ ਕੱਟਿਆ ਤੁਸੀਂ ਇਹ ਸਾਡੇ ਦੇ ਉੱਤੇ ਇਹਨਾਂ ਨੇ ਗਲਤ, ਸਿਰਫ ਉਹ ਅਸੀਂ ਪਰਚੇ ਦੀ ਕਾਪੀ ਰੱਖ ਲਈ ਹੈ ਇਹਨੂੰ ਉਸੇ ਵੇਲੇ ਛੱਡ ਦਿੱਤਾ ਹੈ, ਕੋਈ ਕਿਸੇ ਬੰਦੇ ਨੇ ਹੱਥ ਨਹੀਂ ਲਾਇਆ। ਬਾਕੀ ਇਹ ਕਹਿੰਦਾ CA ਸਟਾਫ ਵਿੱਚ ਲੈ ਕੇ ਗਏ, ਮੈਨੂੰ ਕੁੱਟਿਆ, ਮੈਂ ਬੇਹੋਸ਼ ਹੋ ਗਿਆ, ਮੈਂ ਕੇਸ ਕਤਲ ਕੀਤੇ ਗਏ। ਮੈਂ ਸਿਰਫ ਇੰਨੀ ਬੇਨਤੀ ਕਰਦਾ ਆ ਵੀ ਕੋਈ ਬੰਦਾ ਜੇ ਤੁਸੀਂ ਕੈਨੇਡਾ ਵਿੱਚ ਬੈਠੇ ਹੋ ਤੇ ਅਸੀਂ ਇੰਡੀਆ 'ਚ ਬੈਠੇ ਹਾਂ, ਕਿਸੇ ਵੀ ਥਾਂ ਤੇ ਕੋਈ CA ਸਟਾਫ ਵਿੱਚ ਜਾ ਕੇ ਪਤਾ ਕਰਵਾ ਲਓ, ਕਿਸੇ ਥਾਣੇ 'ਚ ਪਤਾ ਕਰਵਾ ਲਓ, ਕਿਸੇ ਚੌਂਕੀ 'ਚ ਪਤਾ ਕਰਵਾ ਲਓ, ਕਿਸੇ ਪੁਲਿਸ ਮੁਲਾਜ਼ਮ ਨੇ ਤੇ ਥੱਪੜ ਮਾਰਿਆ ਹੋਵੇ
ਸਾਡੇ ਕਿਸੇ ਸਿੰਘ ਨੇ, ਕਿਉਂਕਿ ਜੇ ਅਸੀਂ ਮੰਨ ਲਓ ਸਾਡੇ ਉੱਤੇ ਉਹਨਾਂ ਨੇ ਪਹਿਲਾਂ ਹੀ ਕੇਸ ਕਰ ਦਿੱਤਾ, ਸੰਮਣ ਵੀ ਸਾਡਾ ਬੱਚਾ ਲੱਭ ਨਹੀਂ ਰਿਹਾ, ਜਦੋਂ ਸਾਨੂੰ ਬੰਦਾ ਦਿਸਦਾ ਤਾਂ ਆਪਣਾ ਫਰਜ਼ ਬਣਦਾ ਕਿ ਅਸੀਂ ਪੁਲਿਸ ਨੂੰ ਦੱਸੀਏ ਵੀ ਬੰਦਾ ਤਾਂ ਉਹ ਸਾਹਮਣੇ ਤੁਰਿਆ ਫਿਰਦਾ ਸਾਡੇ ਤੇ, ਸਿਰਫ ਅਸੀਂ ਗੈਸਟ ਇੰਨਾ ਹੋਇਆ, ਇਸ ਤੋਂ ਵੱਧ ਕੁਛ ਨੀ, ਕੋਈ ਇਹਦੇ ਵਿੱਚ ਪਰਸੈਂਟ ਵੀ ਇਹਦੇ ਵਿੱਚ ਨਾ ਜਾਏ। ਮੈਂ ਮਾਸ਼ਾਅੱਲਾ ਤੁਹਾਨੂੰ ਵਿੱਚੋਂ ਮੈਂ ਰੋਕਿਆ ਮੈਂ, ਕਿਉਂਕਿ ਉਹ ਕਹਿ ਰਹੇ ਨੇ ਕਿ ਮੇਰੇ ਕੇਸ ਕਤਲ ਕੀਤੇ ਨੇ, ਅਸੀਂ ਕੇਸਾਂ ਦੀ ਖਾਤਰ ਤੇ ਦਸਤਾਰ ਦੀ ਖਾਤਰ ਫਰਾਂਸ ਦੇ ਨਾਲ ਲੜਾਈਆਂ ਲੜ ਰਹੇ ਹਾਂ, ਕੈਨੇਡਾ ਦੇ ਵਿੱਚ ਅਸੀਂ ਮੋਟਰਸਾਈਕਲਾਂ ਦੇ ਉੱਤੇ ਦਸਤਾਰ ਬਾਬਤ ਲੜਾਈ ਲੜੀ ਹੈ, ਸਿੱਖੀ ਕੇਸਾਂ ਸਵਾਰਥਾਂ ਨਾਲ ਲੜਾਈ, ਸਿੱਖ ਰੋਜ਼ ਅਰਦਾਸ ਕਰਦਾ ਹੈ, ਜੇ ਤੁਹਾਡੇ ਕੋਲ ਭਾਵੇਂ ਪੰਜ ਸਾਲ, ਚਾਰ ਸਾਲ, ਦੋ ਸਾਲ, ਜਿੰਨਾ ਚਿਰ ਵੀ ਰਿਹਾ ਹੈ, ਜੇ ਉਹਦੇ ਕੇਸ ਕਿਸੇ ਪੁਲਿਸ ਆਫੀਸਰ ਨੇ ਕਤਲ ਕੀਤੇ ਨੇ, ਕੀ ਤੁਸੀਂ ਉਸ ਕੇਸਾਂ ਦੇ ਕਤਲ ਦੇ ਵਿਰੁੱਧ ਦੇ ਵਿੱਚ ਉਸ ਪੁਲਿਸ ਖਿਲਾਫ਼, ਪੁਲਿਸ ਆਫੀਸਰ ਦੇ ਖਿਲਾਫ਼ ਕਾਰਵਾਈ ਕਰਨ ਲਈ ਪੰਜਾਬ ਸਰਕਾਰ ਨੂੰ ਕਹੋਗੇ? ਮੈਂ ਕਹਿੰਦਾ ਜੀ ਤੁਸੀਂ ਜਿੱਥੇ ਕਹੋਗੇ ਉੱਥੇ ਕਹਾਂਗਾ। ਪਹਿਲੀ ਗੱਲ ਤਾਂ ਇਹ ਹੈ ਕਿ ਉਹਨੇ ਅੱਜ ਦੀ, ਅੱਜ ਤੋਂ ਚਾਰ ਦਿਨ ਪਹਿਲਾਂ ਜਿਸ ਵੇਲੇ ਉਹ ਚੌਂਕੀ ਵਿੱਚ ਬੈਠਾ ਸੀ, ਕੋਈ ਉਹਦੇ ਕੇਸ ਕਤਲ ਨਹੀਂ ਸੀ ਹੋਏ, ਉੱਥੋਂ ਉਹਨੂੰ ਛੱਡ ਦਿੱਤਾ ਗਿਆ। ਉਹਨੇ ਘਰ ਜਾ ਕੇ ਆਪਣੇ ਕੇਸ ਕਤਲ ਕਰ ਲਏ ਹੋਣ, ਕਿਉਂਕਿ ਜੇ ਉਹ ਚੌਂਕੀ, ਜੇ ਉਹ ਬੰਦਾ ਕਹਿੰਦਾ ਮੇਰੇ ਕੇਸ ਕਤਲ ਕੀਤੇ ਨੇ, ਤੇ ਉਹਨੂੰ ਉਸ ਆਫੀਸਰ ਦਾ ਨਾਮ ਤਾਂ ਲੈਣਾ ਹੀ ਪਏਗਾ ਵੀ ਆਹ ਆਫੀਸਰ ਹੈ ਜਿਹਨੇ ਮੇਰੇ ਕੇਸ ਕਤਲ ਕੀਤੇ ਨੇ, ਤੇ ਨਾਲੇ ਆਪ ਜੀ, ਆਪ ਜੀ ਇੱਥੇ ਬੈਠੇ ਹੋ, ਮੈਂ 13 ਸਾਲ ਤੋਂ ਪ੍ਰਚਾਰ ਕਰਦਾ, ਮੈਨੂੰ ਵੀ ਇੰਨਾ ਕੁ ਤਾਂ ਮੈਨੂੰ ਵੀ ਪਤਾ ਹੈ ਕਿ ਅੱਜ ਕਿਸੇ ਬੰਦੇ ਦੇ ਪੱਗ ਨੂੰ ਵੀ ਅਸੀਂ ਹੱਥ ਪਾ ਲੈਂਦੇ ਹਾਂ ਤੇ ਕਿੱਡਾ ਵੱਡਾ ਇਸ਼ੂ ਖੜਾ ਹੋ ਜਾਂਦਾ ਹੈ। ਜੇ ਕਿਸੇ ਬੰਦੇ ਦੇ ਕੇਸ ਕਤਲ ਕਰਵਾਵਾਂਗੇ ਤੇ ਬੰਦਾ ਕੀ, ਨਾਲੇ ਉਸ ਬੰਦੇ ਬਾਰੇ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਉਹ ਬੰਦਾ ਕਿਸ ਤਰੀਕੇ ਦਾ ਹੈ ਔਰ ਕੀ ਰੂਪ ਗੱਲ ਧਾਰ ਜਾਏਗੀ। ਕਿਸੇ ਬੰਦੇ ਦੇ ਅੰਮ੍ਰਿਤਧਾਰੀ ਦੇ ਅਸੀਂ ਕੇਸ ਕਤਲ ਕਰਾਂਗੇ, ਉਹ ਸਾਡੇ ਕਿਸੇ ਸਮੇਂ ਮੈਨੂੰ ਪਤਾ ਲੱਗਾ ਹੈ ਕਿ ਉਹ ਜਿਹੜੇ ਚੀਮਾ ਸਾਹਿਬ, ਬੜੂ ਸਾਹਿਬ ਦੇ ਵਿੱਚ ਪੰਜ ਪਿਆਰਿਆਂ ਵਿੱਚ ਵੀ ਲੱਗਦਾ ਰਿਹਾ ਸਾਡੇ ਕੋਲ ਜਾਣ ਤੋਂ ਬਾਅਦ। ਇਹਦੇ ਵਿੱਚ ਮੈਂ ਚਾਹਾਂਗਾ ਕਿ ਜਿਹੜਾ ਉਹ ਇਲਜ਼ਾਮ ਲਾ ਰਿਹਾ ਕਿ ਬਾਬਾ ਜੀ ਕਹਿ ਰਹੇ ਨੇ ਕਿ 2 ਕਰੋੜ ਰੁਪਇਆ ਚੋਰੀ ਹੋਇਆ, ਤੁਸੀਂ ਕਹਿ ਰਹੇ ਹੋ ਕਿ ਤਕਰੀਬਨ 25 ਲੱਖ ਰੁਪਇਆ ਚੋਰੀ ਹੋਇਆ, ਇਹ 25 ਲੱਖ ਰੁਪਇਆ ਉੱਥੇ ਡੇਰੇ ਦੇ ਵਿੱਚ ਕੈਸ਼ ਹੀ ਪਿਆ ਸੀ ਜੀ, ਉੱਥੇ ਕੋਈ ਤੁਹਾਡੀ ਸਿਕਿਉਰਿਟੀ ਵਗੈਰਾ ਨੀ, ਥੋੜੀ ਬਹੁਤ ਜਿਹੜਾ ਕੋਈ ਧਿਆਨ ਰੱਖਦਾ ਹੋਵੇ? ਮੈਂ ਆਪ ਜੀ ਨੂੰ ਦੱਸ ਰਿਹਾ ਕਿ ਅਸੀਂ ਯਾਤਰਾ ਤੋਂ ਆਏ ਹਾਂ, 13 ਤਰੀਕ ਦੀ ਸੰਗਰਾਂਦ ਸੀ, ਉਹ ਸਾਰੇ ਜਣੇ ਕੋਈ $500, ਕੋਈ $2000, ਕੋਈ £3000 ਉਹ ਹਿਸਾਬ ਨਾਲ ਸਾਰੇ ਜਣੇ ਬਾਹਰੋਂ ਆਏ ਸੀ, ਸਾਰੇ ਪੈਸੇ ਦੇ ਕੇ ਗਏ ਨੇ, ਉਹ ਅਸੀਂ ਸਾਰੇ ਚੇਂਜ ਕਰਾ ਕੇ ਉਹ ਅਸੀਂ ਸਾਰੇ ਟਰੱਸਟ ਵਿੱਚ ਮੈਂ ਦੇਣ, ਇੱਕ ਅਗਲੇ ਦਿਨ ਦੇਣੇ ਨੇ, ਤੇ ਇੱਕ ਦਿਨ ਪਹਿਲਾਂ ਉਹ ਚੋਰੀ ਹੋ ਜਾਂਦੀ ਹੈ ਜੀ। ਇਹਦੇ ਵਿੱਚ ਜਿਹੜੀਆਂ ਗੱਲਾਂ ਉਹ ਕਹਿ ਰਹੇ ਹੈ ਤੇ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਉਹਦੇ ਵਿੱਚ ਕੰਪਲੀਟਲੀ ਬੜਾ ਵੱਡਾ ਫਰਕ ਨਜ਼ਰ ਆ ਰਿਹਾ। ਉਹ ਕਹਿ ਰਿਹਾ ਕਿ ਮੇਰੇ ਕੇਸ ਕੁਤਵਾਲੀ ਦੇ ਵਿੱਚ ਕਤਲ ਹੋਏ ਨੇ, ਬਾਬਾ ਜੀ ਦੇ ਕਹਿ ਦੇ ਉੱਤੇ ਕਤਲ ਹੋਏ ਨੇ, ਔਰ ਉਹ ਜਿਹੜਾ ਪੁਲਿਸ ਆਫੀਸਰ ਕਹਿ ਰਿਹਾ ਕਿ ਮੈਨੂੰ ਬਾਬਾ ਜੀ ਦਾ ਹੁਕਮ ਹੋਇਆ ਕਿ ਇਹਦੇ ਕੇਸ ਕਤਲ ਕਰਦੇ ਹੋ, ਤੁਹਾਡਾ ਬਿਆਨ ਬਿਲਕੁਲ ਹੋਰ ਹੈ। ਇਹਦੇ ਵਿੱਚ ਅੱਜ ਕੱਲ ਇੰਗਲੈਂਡ ਦੀ ਸੋਚ ਹੈ, ਅਮਰੀਕਾ ਨਹੀਂ, ਮੈਂ ਬੇਨਤੀ ਕਰ ਰਿਹਾ, ਇੱਥੇ ਅੱਜ ਕੱਲ ਲਾਈਵ ਟੈਸਟ ਚੱਲਦਾ, ਉੱਥੇ ਵੀ ਚੱਲਦਾ, ਇੱਥੇ ਵੀ ਹੈਗਾ, DNA ਟੈਸਟ ਵੀ ਹੈਗੇ, ਸੈਕਸ ਟੈਸਟ, ਸਾਰਾ ਕੁਛ ਇੱਥੇ ਚੱਲਦਾ ਹੈ, ਉਹਦੇ ਨਾਲ ਅਸਲੀ ਗੱਲ ਬਿਲਕੁਲ ਕਲੀਅਰ ਹੋ ਜਾਏਗੀ। ਇਹ ਤੇ ਮੇਰਾ ਖਿਆਲ ਜੀ ਟੈਸਟ ਹੋਵੇ ਦੋਨੇ ਪਾਸਿਓਂ ਤੇ ਇਹ ਗੱਲ ਬਿਲਕੁਲ ਸਪਸ਼ਟ ਹੋ ਜਾਏਗੀ ਕਿ ਝੂਠ ਕੌਣ ਬੋਲ ਰਿਹਾ ਹੈ। ਬਿਲਕੁਲ ਬਿਲਕੁਲ ਠੀਕ ਹੈ। ਇਸ ਤੋਂ ਇਲਾਵਾ ਮੈਂ ਅਗਲਾ ਜਿਹੜਾ ਕੁਐਸਚਨ ਹੈ ਜੀ, ਇਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਅਯਾਸ਼ੀ ਕਰਦੇ ਆ, ਤੁਹਾਡੇ ਕੋਲ ਕਿੰਨੀ ਕੁ ਪ੍ਰੋਪਰਟੀ ਆ? ਉਹ ਕਹਿੰਦੇ ਵੀ ਇਹਨਾਂ ਦੀਆਂ 7-8 ਕੋਠੀਆਂ ਨੇ ਜੀ, ਉਹਦੇ ਬਾਰੇ ਥੋੜ੍ਹਾ ਜਿਹਾ ਸਪਸ਼ਟ ਕਰੋ। ਮੈਂ ਅੱਜ ਤੋਂ 1.5 ਸਾਲ ਪਹਿਲਾਂ ਸੰਗਰਾਮ ਦੇ ਦੀਵਾਨ ਤੇ ਬੋਲ ਚੁੱਕਿਆ, ਲਾਈਵ ਟੈਲੀਕਾਸਟ ਹੋਇਆ ਉਹਦੇ ਤੇ ਵੀ ਬੋਲ ਚੁੱਕਿਆ ਕਿ ਮੈਂ ਇੱਥੇ ਜੋ ਵੀ ਕੁਛ ਸੀ, 2 ਏਕੜ ਜਗ੍ਹਾ ਮੈਨੂੰ ਜਦੋਂ ਮੈਂ ਇੱਥੇ ਆਇਆ ਮੈਨੂੰ ਸੰਗਤ ਨੇ ਦਿੱਤੀ ਹੈ, ਉਸ ਤੋਂ ਬਾਅਦ ਅਸੀਂ ਬਾਹਰ ਅੰਦਰ ਕੀਰਤਨ ਕਰਨ ਵਾਸਤੇ ਗਏ ਹਾਂ, ਅੱਜ ਤੱਕ ਇੱਕ ਪੈਸਾ ਅਸੀਂ ਸੰਗਤ ਤੋਂ ਨਹੀਂ ਮੰਗਿਆ ਕਿ ਸਾਨੂੰ ਮਾਇਆ ਦਿਓ, ਅਸੀਂ ਉੱਥੇ ਆਹ ਕੰਮ ਕਰ ਰਹੇ ਹਾਂ, ਪਰ ਫਿਰ ਵੀ ਸੰਗਤ ਨੇ ਸਾਨੂੰ ਜਦੋਂ ਵੀ ਕਿਤੇ ਵਿਦੇਸ਼ਾਂ 'ਚ ਗਏ ਹਾਂ, ਇੰਡੀਆ 'ਚ ਜਾਂਦੇ ਹਾਂ, ਕੀਰਤਨ ਭੇਟਾ ਦਿੱਤੀ ਹੈ, ਜੋ ਦਿੱਤਾ ਅਸੀਂ ਲਿਆ ਕੇ ਅਸੀਂ ਥੋੜ੍ਹੀ ਥੋੜ੍ਹੀ ਕਰਕੇ ਇੱਥੇ ਜ਼ਮੀਨ ਖਰੀਦੀ, ਟੋਟਲ ਸਾਡੇ ਕੋਲ ਇਸ ਵੇਲੇ ਇੱਥੇ 32-33 ਏਕੜ ਜ਼ਮੀਨ ਹੈ। ਜਦੋਂ 32-33 ਏਕੜ ਜ਼ਮੀਨ ਹੋ ਗਈ ਤੇ ਮੈਂ ਉਹ ਤੁਹਾਨੂੰ ਕਾਪੀ ਜੇ ਤੁਸੀਂ ਕਹੋਗੇ ਮੈਂ ਭੇਜ ਸਕਦਾ ਹਾਂ, ਉਹ ਸਾਰੀ ਦੀ ਸਾਰੀ ਜ਼ਮੀਨ ਮੈਂ ਖੁਦ ਜਾ ਕੇ ਕਚਹਿਰੀ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਦੇ ਨਾਂ ਲਵਾ ਕੇ ਆਇਆ, ਉਹਨੂੰ ਟਰੱਸਟ ਦੇ ਨਾਂ ਨੀ ਲਵਾਈ, ਟਰੱਸਟੀਆਂ ਦਾ ਬੜਾ ਰੌਲੇ ਪੈਂਦੇ ਨੇ, ਉਹ ਜ਼ਮੀਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਹੈ, ਉਸ ਜ਼ਮੀਨ ਨੂੰ ਪ੍ਰੋਪਰਟੀ ਨੂੰ ਕੋਈ ਵੇਚ ਨਹੀਂ ਸਕਦਾ। ਕੋਈ ਦੁਨੀਆਂ ਦੇ ਵਿੱਚ ਮੈਂ ਇਹ ਸ਼ਬਦ ਸਟੇਜ ਤੇ ਵਰਤੇ ਹੋਏ ਨੇ ਜੀ, ਮੇਰੇ ਸ਼ਬਦ ਨੇ ਸਟੇਜ ਤੇ ਲੱਖਾਂ ਦੀ ਸੰਗਤ ਵਿੱਚ ਮੈਂ ਕਿਹਾ ਕਿ ਕੋਈ ਬੰਦਾ ਦੁਨੀਆਂ ਵਿੱਚ ਕਿਸੇ ਜਗ੍ਹਾ ਵੀ ਜਿੰਨਾ ਚਿਰ ਮੈਂ ਜਿਉਂਦਾ ਜਿੰਨਾ ਚਿਰ ਮੈਂ ਸਰੀਰ ਚਾਂ,
ਕੋਈ ਮੇਰੇ ਨਾਂ 1000 ਰੁਪਏ ਦੀ ਪ੍ਰੋਪਰਟੀ ਵੀ ਕਿਸੇ ਕਚਹਿਰੀ ਚ ਕਿਸੇ ਥਾਂ ਤੇ ਬੋਲਦੀ ਵਿਖਾ ਦਿਓਗੇ, ਮੈਨੂੰ ਬਾਹ ਤੋਂ ਫੜ ਕੇ ਸਟੇਜ ਤੋਂ ਥੱਲੇ ਲਾ ਦਿਓ ਕਿ ਤੁਹਾਨੂੰ ਕੀਰਤਨ ਕਰਨ ਦਾ ਕੋਈ ਹੱਕ ਨਹੀਂ। ਬਹੁਤ ਵਧੀਆ ਜਿਹੜਾ ਉਪਰਾਲਾ, ਨਹੀਂ ਜੀ ਬਿਲਕੁਲ ਬਹੁਤ ਵਧੀਆ ਉਪਰਾਲਾ, ਮੈਂ ਕਹਿੰਦਾ ਤੁਸੀਂ ਇਸ ਲਈ ਵਧਾਈ ਦੇ ਹੱਕਦਾਰ ਹੋ ਕਿ ਤੁਸੀਂ ਆਪਣੀ ਥਾਂ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਮ ਦੇ ਉੱਤੇ ਸਾਰੀ ਪ੍ਰੋਪਰਟੀ ਲਵਾਈ ਹੈ। ਇਹਦੇ ਨਾਲ ਨਾਲ ਉਹ ਉਹਨਾਂ ਨੇ ਜਿਹੜੀ ਇੱਕ ਗੱਲ ਹੋਰ ਸਾਹਮਣੇ ਆਈ ਹੈ ਕਿ ਬਾਬਾ ਜੀ ਜਿਹੜੀ ਬਾਹਰੋਂ ਜਿਹੜੇ ਵਿਦੇਸ਼ਾਂ ਦੇ ਵਿੱਚੋਂ ਬੀਬੀਆਂ ਆਉਂਦੀਆਂ ਨੇ ਅਲੱਗ ਅਲੱਗ ਕੋਠੀਆਂ ਦੇ ਵਿੱਚ ਬੈਠੇ ਹੁੰਦੇ ਨੇ ਤੇ ਬਾਬਾ ਜੀ ਰੋਜ਼ਾਨਾ ਸ਼ਾਮ ਨੂੰ ਮਾਲਿਸ਼ ਕਰਾਉਂਦੇ ਆ ਸਿੰਘਾਂ ਤੋਂ, ਇਹਦੇ ਚ ਕਿੰਨੀ ਸੱਚਾਈ ਹੈ? ਮੈਂ ਆਪ ਜੀ ਨੂੰ ਇੱਕੋ ਗੱਲ ਦੱਸਦਾ ਆ ਜੀ, ਵੀ ਪਹਿਲੀ ਗੱਲ ਤੋਂ ਕਹਿੰਦੇ ਅਲੱਗ ਅਲੱਗ ਕੋਠੀਆਂ ਕੋਈ ਦੂਰ ਨਹੀਂ ਹੈ, ਕੋਈ ਬੰਦਾ ਇੱਥੋਂ ਤੁਹਾਡਾ ਕੈਮਰੇ ਵਾਲਾ ਪਟਿਆਲੇ ਦੇ ਵਿੱਚੋਂ ਤੁਸੀਂ ਭੇਜੋ, ਉਹਨੂੰ ਕਹੋ ਕਿ ਸਾਰੇ ਇੱਥੇ ਆ ਕੇ ਵੀਡੀਓ ਬਣਾ ਲਵੇ। ਜਿਸ ਜਗ੍ਹਾ ਮੈਂ ਰਹਿੰਦਾ ਰਿਹਾ 10 ਸਾਲ ਮੈਂ ਇੱਕ ਕਮਰੇ ਵਿੱਚ ਰਿਹਾ, ਇਸ ਵੇਲੇ ਵੀ ਜਿਸ ਜਗ੍ਹਾ ਮੈਂ ਬੈਠ ਕੇ ਬੋਲ ਰਿਹਾ ਇੱਥੇ 2 ਕਮਰੇ ਥੱਲੇ ਨੇ, 1 ਕਮਰਾ ਉੱਪਰ ਬਣਿਆ, ਇਹ ਸਿਰਫ ਮੇਰੀ ਜਿਹੜੀ ਰਿਹਾਇਸ਼ ਰੱਖੀ ਹੋਈ ਹੈ, ਇਹ 3 ਕਮਰੇ ਨੇ ਟੋਟਲ, ਕੋਈ ਇੱਥੇ 2-3 ਚ ਪਹਿਲੀ ਗੱਲ ਤੇ ਇਹੀ ਦੇਖ ਲਓ ਵੀ 5 ਕੋਠੀਆਂ ਹੀ ਜੇ ਨਹੀਂ, ਇੱਕ ਜਗ੍ਹਾ ਮੈਂ ਰਹਿ ਰਿਹਾ, 5 ਕੋਠੀਆਂ ਹੀ ਨਹੀਂ, ਕਿੱਡਾ ਵੱਡਾ ਝੂਠ ਹੈ। ਦੂਜੀ ਗੱਲ ਉਸ ਬੰਦੇ ਨੇ ਲਾਈ ਹੈ ਕਿ ਇਹ ਮਾਲਿਸ਼ਾਂ ਕਰਵਾਉਂਦੇ ਨੇ, ਬੀਬੀਆਂ ਨੂੰ ਮਿਲਦੇ ਨੇ। ਮੈਂ ਡਾਇਰੈਕਟ ਇਹ ਗੱਲ ਕਹਿ ਰਿਹਾ, ਮੈਂ ਕੱਲ ਤੋਂ ਜਦੋਂ ਤੋਂ ਮੈਨੂੰ ਪਤਾ ਲੱਗਾ, ਮੈਂ MH1 ਚੈਨਲ ਵਿਦੇਸ਼ਾਂ ਚ ਵੀ ਚੱਲਦਾ, ਟਾਈਮ TV ਚੈਨਲ ਪੰਜਾਬ ਚ ਚੱਲਦਾ, ਪੂਰੇ ਪੰਜਾਬ ਚ ਚੱਲਦਾ, ਮੈਂ ਦੋਨਾਂ ਨੂੰ ਫੋਨ ਕਰਕੇ ਕਿਸੇ ਸੇਵਾਦਾਰ ਦੀ ਡਿਊਟੀ ਲਾਈ ਹੈ, ਮੈਂ ਕਿਹਾ ਇਹ ਦੋਨਾਂ ਚੈਨਲਾਂ ਨੂੰ ਕਹੋ ਕਿ ਸਾਡੀ ਸੰਗਰਾਂਦ ਲਾਈਵ ਕਰੋ। ਇਸ ਗੱਲ ਦਾ ਜਵਾਬ ਮੈਂ ਸਿਰਫ ਤੁਹਾਡੇ ਚੈਨਲ ਰੇਡੀਓ ਉੱਤੇ ਨਹੀਂ ਦੇ ਰਿਹਾ, ਮੈਂ ਉਹਨਾਂ ਲੋਕਾਂ ਨੂੰ ਵੀ ਇਸ ਗੱਲ ਦਾ ਜਵਾਬ ਦੇਣਾ ਚਾਹੁੰਦਾ ਆ ਵੀ ਅੱਜ ਤੱਕ ਮੇਰੀ ਜ਼ਿੰਦਗੀ ਵਿੱਚ ਕੋਈ ਬੰਦਾ ਇਹ ਸਬੂਤ ਕਰਾਏ ਕਿ ਮੈਂ ਕਦੇ ਕਿਸੇ ਕੱਲੀ ਲੜਕੀ ਨੂੰ, ਕਿਸੇ ਕੱਲੀ ਬੀਬੀ ਨੂੰ ਮੈਂ ਅੱਜ ਤੱਕ ਮਿਲਿਆ। ਮੇਰੀ ਮਾਂ ਵੀ ਮੈਨੂੰ ਜੇ ਮਿਲਣ ਵਾਸਤੇ ਆਉਂਦੀ ਤੇ ਮੈਂ ਉਹਨੂੰ ਕਹਿੰਦਾ ਹੁੰਦਾ ਕਿ ਪਾਪਾ ਮੇਰੇ ਪਿਤਾ ਜੀ ਨੂੰ ਨਾਲ ਲੈ ਕੇ ਆਉਣਾ ਹੈ, ਵੇਖਣ ਵਾਲਾ ਤਾਂ ਕਹੇਗਾ ਨਾ ਕਿ ਬੀਬੀ ਨੂੰ ਕੱਲੀ ਨੂੰ ਮਿਲੇ ਆ। 1% ਇਸ ਗੱਲ ਵਿੱਚ ਸੱਚਾਈ ਨੀ, ਜਿੰਨੇ ਲੋਕ ਇੱਥੇ ਆਉਣ ਵਾਲੇ ਨੇ ਉਹਨਾਂ ਨੂੰ ਸਭ ਨੂੰ ਪਤਾ ਹੈ ਕਿ ਜਦੋਂ ਵੀ ਮੈਂ ਮਿਲਦਾ ਸਾਰੀ ਸੰਗਤ ਨੂੰ ਇਕੱਠਿਆਂ ਮਿਲਦਾ, ਜੇ ਮਿਲਣਾ ਤਾਂ ਪਰਿਵਾਰ ਟਾਈਪ ਤੇ ਸਾਰੇ ਮਿਲਦੇ ਆ। ਦੂਜੀ ਗੱਲ ਰਹੀ ਇਸ ਬਾਰੇ, ਤੁਸੀਂ ਬਹੁਤ ਕਲੀਅਰ ਗੱਲ ਕੀਤੀ ਹੈ, ਸਪਸ਼ਟ, ਬਹੁਤ ਵਧੀਆ, ਬਹੁਤ ਬਹੁਤ ਤੁਹਾਡਾ ਧੰਨਵਾਦ। ਇਹਦੇ ਨਾਲ ਨਾਲ ਮੈਨੂੰ ਅੱਜ ਹੋਰ ਸਿੰਘਾਂ ਦੇ ਵੀ ਕਈਆਂ ਦੇ ਫੋਨ ਆ ਰਹੇ ਆ, ਉਹ ਕਹਿ ਰਹੇ ਆ ਕਿ ਜਿਹੜਾ ਪਿਆਰੇ ਭਨਿਆਰੇ ਵਾਲਾ ਜਿਹੜਾ ਚੱਕਰ ਸੀ ਉਸ ਮਾਮਲੇ ਦੇ ਵਿੱਚ ਇੱਕ ਸਿੰਘ ਤੁਹਾਨੂੰ ਮਿਲਣ ਗਿਆ ਸੀ ਮਦਦ ਵਾਸਤੇ, ਉਹ ਕਹਿੰਦੇ ਨੇ ਸੀ ਵੀ ਬਾਬਾ ਜੀ ਨੇ ਮਦਦ ਕਰਨ ਲਈ ਬੁਲਾਏ, ਉਹਨਾਂ ਨੂੰ ਗ੍ਰਿਫਤਾਰ ਕਰਵਾ ਦਿੱਤਾ, ਇਹਦੇ ਚ ਕਿੰਨੀ ਸੱਚਾਈ ਹੈ ਜੀ? ਨਹੀਂ ਜੀ ਨਹੀਂ, ਇਹ ਸਾਰੀ ਦੀ ਸਾਰੀ ਗੱਲ ਪਲੰਦਾ ਇੱਕ ਬਣਾਇਆ ਗਿਆ ਹੈ। ਮੈਂ ਆਪ ਜੀ ਨੂੰ ਵਾਰ ਵਾਰ ਇਹ ਗੱਲ ਕਹਿ ਰਿਹਾ ਵੀ ਬਿਨਾਂ ਸਬੂਤ ਤੋਂ ਹੁਣ ਕੋਈ ਵੀ ਕੱਲ ਨੂੰ ਕਿਸੇ ਤਰ੍ਹਾਂ ਦੀ ਵੀ ਏਦਾਂ ਦੀ ਮੁਸ਼ਕਿਲ ਆ ਜਾਂਦੀ ਹੈ। ਬਾਅਦ ਚੋਂ ਕਹਿੰਦੇ ਸੀ ਸਾਨੂੰ ਬਾਬਾ ਜੀ ਨੇ ਗ੍ਰਿਫਤਾਰ, ਸ਼ਹੀਦਾਂ ਮੈਂ ਇੱਥੇ ਸਿੱਖ ਪ੍ਰਚਾਰ ਵਿੱਚ ਲੱਗਿਆ ਹੋਇਆ, ਮੈਂ ਇੰਨਾ ਮੂਰਖ ਨਹੀਂ ਆ ਕਿ ਕਿਸੇ ਬੰਦੇ ਨੂੰ ਅਸੀਂ ਗ੍ਰਿਫਤਾਰ ਕਰਵਾ ਕੇ ਕੋਈ ਧਰਮ ਦੇ ਵਾਸਤੇ ਸੇਵਾ ਕਰਨ ਲੱਗੇ ਉਹਨੂੰ ਅਸੀਂ ਗ੍ਰਿਫਤਾਰ ਕਰਵਾ ਦਿੰਦੇ ਹਾਂ, ਉਹਦੇ ਤੇ ਅਸੀਂ ਤਸ਼ੱਦਦ ਕਰਾਉਂਦੇ ਹਾਂ, ਅਸੀਂ ਉਹਦੇ ਕੇਸ ਕਤਲ ਕਰਾਉਂਦੇ ਹਾਂ, ਉਹ ਇਹ 1% ਇਹਦੇ ਵਿੱਚ ਸੱਚਾਈ ਨਹੀਂ ਹੈ। ਤੇ ਇੱਕ ਬੇਨਤੀ ਮੈਂ ਹੋਰ ਜਾਂਦਿਆਂ ਜਾਂ ਮੈਂ ਕਰਨੀ ਚਾਹੁੰਦਾ, ਜਿਹੜੀ ਗੱਲ ਉਹਨੇ ਮੇਰੇ ਕਰੈਕਟਰ ਤੇ ਕੀਤੀ, ਕਿਉਂਕਿ ਮੈਂ ਇਹ ਗੱਲ ਇੱਕ ਪੂਰੀ ਪਲੈਨਿੰਗ ਬਣ ਗਈ ਹੈ ਜੀ। ਵੇਖੋ ਜੀ ਉੱਥੇ ਬੀਬੀਆਂ ਆਉਂਦੀਆਂ ਨੇ, ਬੀਬੀਆਂ ਮੈਨੂੰ ਇਹ ਵੀ ਗੱਲ ਮੈਨੂੰ ਪਤਾ ਨੀ, ਤੁਸੀਂ ਦੱਸ ਨੀ ਰਹੇ ਸ਼ਾਇਦ, ਮੈਨੂੰ ਜਿਹੜੀ ਗੱਲ ਮੈਂ ਸੁਣੀ ਸੀ ਰਾਤ ਨੂੰ ਗੱਡੀ ਲੈ ਕੇ ਇਕੱਲੇ ਜਾਂਦੇ ਨੇ, ਕਿਸੇ ਦਾ ਨਾਮ ਨਹੀਂ। ਮੈਂ ਤੁਹਾਨੂੰ ਭਾਈ ਸਾਹਿਬ ਜੀ ਇਹ ਕੁਐਸਚਨ ਨੈਕਸਟ ਪੁੱਛਣ ਵਾਲਾ ਹੀ ਆ, ਤੁਸੀਂ ਆਪ ਹੀ ਦੱਸ ਰਿਹਾ ਪੁੱਛ ਲਓ, ਇਹ ਮੈਨੂੰ ਕੁਐਸਚਨ ਪੁੱਛ ਲਓ ਜਿਹੜਾ ਲਾਸਟ ਵਾਲਾ, ਮੈਂ ਪੂਰੀ ਚੰਗੀ ਤਰ੍ਹਾਂ ਸਾਰਾ ਫਿਰ ਮੈਂ ਚਲਾ। ਰਾਤ ਨੂੰ ਕਈ ਵਾਰੀ ਬਾਬਾ ਜੀ ਇਕੱਲੇ ਗੱਡੀ ਚਲਾ ਕੇ ਜਾਂਦੇ ਸੀ, ਜਦੋਂ ਪੁੱਛਦੇ ਸੀ ਕਿਸੇ ਨੇ, ਕਹਿੰਦੇ ਜੀ ਮੌਜ ਚ ਨੇ, ਤੇ ਉਹ ਰਾਤ ਨੂੰ ਬਿਲਕੁਲ ਕੋਈ ਡਰਾਈਵਰ ਨਹੀਂ, ਕੋਈ ਗੱਲ ਮੈਂ ਨਹੀਂ, ਇਕੱਲੇ ਜਾਂਦੇ ਸੀ। ਉਸ ਤੋਂ ਸ਼ੱਕ ਪੈਂਦਾ ਹੈ ਵੀ ਕਿਤੇ ਨਾ ਕਿਤੇ ਇਹ ਜਾ ਕੇ ਇਸ ਤਰ੍ਹਾਂ ਦਾ ਗਲਤ ਕੰਮ ਕਰਦੇ ਸੀ, ਇਹ ਗੱਲ ਉਹਨਾਂ ਨੇ। ਬਿਲਕੁਲ ਬਿਲਕੁਲ ਠੀਕ, ਮੈਂ ਇੱਕੋ ਗੱਲ ਤੁਹਾਨੂੰ ਡਾਇਰੈਕਟ ਕਹਿਣਾ ਚਾਹੁੰਦਾ ਜੀ, ਤੁਸੀਂ ਅੱਜ ਚਾਹੇ ਅਮੈਰੀਕਾ ਚ, ਚਾਹੇ ਕੈਨੇਡਾ ਚ, ਚਾਹੇ ਤੁਸੀਂ ਇੰਡੀਆ ਆ ਜਾਓ, ਕੋਈ ਇੱਕ ਟੀਮ ਬਣ ਜਾਏ, ਮੀਡੀਆ ਦੀ ਟੀਮ ਬਣੇ, ਉਹਦੇ ਵਿੱਚ 20-50 ਬੰਦੇ ਬੈਠਣ, ਤੁਹਾਡੇ ਇੱਥੇ ਬਹੁਤ ਤਰੱਕੀ ਕਰ ਗਿਆ ਅਮੈਰੀਕਾ ਕੈਨੇਡਾ, ਡਾਕਟਰ ਦੀ ਸਾਰੇ ਮੈਂ ਬਿਲਕੁਲ ਬਿਲਕੁਲ ਤੁਹਾਡੇ ਸਾਹਮਣੇ ਮੀਡੀਆ ਦੇ ਸਾਹਮਣੇ ਆਪਣੇ ਆਪ ਨੂੰ ਚੈੱਕ ਕਰਵਾਵਾਂਗਾ, ਕੋਈ ਬੰਦਾ ਇਹ ਸਿੱਧ ਕਰ ਦੇਵੇ ਕਿ ਮੈਂ ਬਿਹੰਗਮ ਨਹੀਂ ਆ ਜਾਂ ਮੇਰੇ ਸਰੀਰ ਤੋਂ ਅੱਜ ਤੱਕ ਗਲਤੀ ਹੋਈ ਹੈ, ਮੈਂ ਤਾਇਆ ਕੁਆਰੀ ਮੇਰੀ ਨਹੀਂ, ਤੇ ਮੈਂ ਉਸ ਗੱਲ ਦਾ ਜਵਾਬ ਦੇ ਆ, ਮੈਂ ਮੁੜ ਕੇ ਸਟੇਜ ਤੇ ਨਹੀਂ ਚੜ੍ਹਦਾ, ਮੈਂ ਕੀਰਤਨ ਨਹੀਂ ਕਰਾਂਗਾ, ਜੇ ਏਦਾਂ ਦੀ ਗੱਲ ਸਾਹਮਣੇ ਆਉਂਦੀ ਹੈ।
ਜ਼ਿੰਮੇਵਾਰੀ ਚੱਕ ਲਓ ਕਿ ਬਾਬਾ ਜੀ ਤੁਸੀਂ ਆਓ, ਕੋਈ ਰੌਲਾ ਰੱਪਾ ਨੀ ਮੈਨੂੰ, ਜਿੱਥੇ ਤੁਸੀਂ ਕਹੋਗੇ। ਮੈਂ ਅਮਰੀਕਾ ਕਹਿੰਦੇ ਹੋ, ਮੈਂ ਕੱਲ ਟਿਕਟ ਲੈ ਕੇ ਆ ਜਾਂਗਾ, ਮੈਂ ਪਰਸੋਂ ਟਿਕਟ ਲੈ ਕੇ ਆਉਣਾ, ਜਿੰਨੀ ਸੰਗਤ ਦੇ ਵਿੱਚ ਮੈਂ ਉੱਥੇ ਬੈਠ ਕੇ ਇਸ ਗੱਲ ਦਾ ਜਵਾਬ ਦੇ ਆ। ਮੈਂ ਕੋਈ ਪ੍ਰੋਪਰਟੀਆਂ ਬਣਾਈਆਂ ਨੇ ਤਾਂ ਮੈਂ ਜਵਾਬ ਦੇ ਆ। ਅੱਧੀ ਰਾਤ ਨੂੰ ਉੱਠ ਕੇ ਮੈਂ ਕੱਲਾ ਗੱਡੀ ਲੈ ਕੇ, ਵੀ ਏਦਾਂ ਦੀਆਂ ਗੱਲਾਂ ਤੇ ਕੋਈ ਇੱਥੇ ਪੰਜ ਕੋਠੀਆਂ ਹੋਣ, ਇਸ ਗੱਲ ਦਾ ਮੈਂ ਜਵਾਬ ਦੇ ਆ। ਦੂਜੀ ਗੱਲ, ਉਹ ਬੰਦਾ ਗੱਲ ਕਰਦਾ ਕਿ ਮੈਨੂੰ ਉਹ ਕੇਸ ਕਤਲ ਕਰਾਏ ਨੇ, ਇਸ ਗੱਲ ਦਾ ਉਹ ਸਬੂਤ ਦੇਵੇ, ਉਹ ਬੰਦੇ ਦਾ ਨਾਂ ਦੱਸੇ, ਜਗ੍ਹਾ ਕਿਹੜੀ ਹੈ, ਉਹ ਬੰਦਾ ਬੋਲੇਗਾ, ਉਹ ਰਿਕਾਰਡਿੰਗ ਜਿਹੜੀ ਹੈ ਉਹ ਇੱਥੋਂ ਦੇ ਪ੍ਰਸ਼ਾਸਨ ਨੂੰ ਆਪਾਂ ਸੁਣਾਈਏ। ਤੁਸੀਂ ਨਿਰਪੱਖ ਇੱਕ ਸਾਈਡ ਤੇ ਖਲੋ ਕੇ ਜਾਂਚ ਕਰਕੇ ਵੇਖੋ ਕਿ ਉਹ ਬੰਦਾ ਕਿੱਡਾ ਵੱਡਾ ਆਪਣੇ ਕੋਲੋਂ ਝੂਠ ਬਣਾ ਰਿਹਾ। ਸਿਰਫ ਅੱਧਾ ਘੰਟਾ ਉਹਨਾਂ ਨੇ ਬਿਠਾ ਕੇ ਜਸਟ ਉਹਦੇ ਨਾਲ ਸਿਰਫ ਇੱਕ ਗੱਲ ਕੀਤੀ ਹੈ ਕਿ ਤੂੰ ਇੱਥੇ ਤੁਰਿਆ ਫਿਰਦਾ, ਇਹ ਸਾਰਾ ਕੁਝ ਉਹਨੇ ਬਣਾ ਕੇ, ਜਿੱਦਾਂ ਉਹ ਸਾਹਿਬ ਸਿੰਘ ਵਾਲੀ ਗੱਲ ਮਾਨ ਸਿੰਘ ਹੋਣਾ ਲਈ ਹੋਈ ਸੀ, ਵੀ ਇਸ ਤਰ੍ਹਾਂ ਜੀ ਬਾਬੇ ਮੈਂ ਇੱਕ ਬੇਨਤੀ ਕਰਦਾ, ਬਾਬੇ ਮਾਨ ਸਿੰਘ ਦੀ ਗੱਲ ਕੀ ਸੱਚ ਸੀ ਕੀ ਝੂਠ ਸੀ, ਅਸੀਂ ਇਹ ਗੱਲ ਨੀ ਕਰਦੇ। ਪਰ ਮੈਂ ਸਿਰਫ ਇੰਨੀ ਗੱਲ ਕਰਦਾ ਵੀ ਉਹਨਾਂ ਨੇ ਇੱਕੋ ਗੱਲ ਕਹੀ, ਰੱਬ ਜਾਣਦਾ ਮੈਂ ਜਵਾਬ ਨੀ ਦੇਣਾ। ਪਰ ਮੈਂ ਆਪ ਜੀ ਨੂੰ ਬੇਨਤੀ ਇਹ ਕਰ ਰਿਹਾ ਕਿ ਜਿੰਨਾ ਚਿਰ ਜਿਉਂਦਾ, ਜਿੰਨਾ ਚਿਰ ਸਾਹ ਚੱਲਦੇ ਨੇ, ਮੈਂ ਜਵਾਬ ਦੇ ਆ ਹਰ ਗੱਲ ਦਾ। ਬਹੁਤ ਬਹੁਤ ਬਾਹਰ ਕਬੂਤਰਬਾਜ਼ੀ ਕਰਦੇ ਨੇ ਇਹਨਾਂ ਦੇ ਨਾਲ, ਰਿੰਦਰ ਸਿੰਘ, ਪ੍ਰੀਤਮ ਸਿੰਘ ਤੇ ਗੁਰਪ੍ਰੀਤ ਸਿੰਘ ਅਮਰੀਕਾ ਦੇ ਵਿੱਚ ਛੱਡ ਕੇ ਗਏ ਨੇ, ਇਹਦੇ ਕਿੰਨੀ ਸੱਚਾਈ ਹੈ ਜੀ? ਮੈਂ ਕਿਸੇ ਸਿੰਘ ਨੂੰ ਛੱਡ ਕੇ ਨਹੀਂ ਗਿਆ, ਉਹ ਸਾਡੇ ਕੋਲੋਂ ਸਿੰਘ ਚਲੇ ਗਏ ਸੀ, ਉਹਨਾਂ ਦੇ ਵੀਜੇ R1 ਲੱਗੇ ਹੋਣ ਕਰਕੇ ਪਾਸਪੋਰਟ ਉਹਨਾਂ ਦੇ ਕੋਲ ਹੁੰਦੇ ਸੀਗੇ। ਉਹ ਸਿੰਘਾਂ ਨੂੰ ਮੈਂ ਪਰਮੇਸ਼ਰ ਦੁਆਰ ਸਥਾਨ ਦੇ ਵਿੱਚੋਂ ਭੇਜਿਆ, ਉਹ ਜਦੋਂ ਘਰ ਗਏ ਨੇ ਆਪਣੇ, ਉਸ ਤੋਂ ਬਾਅਦ ਉਹਨਾਂ ਦਾ ਆਪਣਾ 6 ਮਹੀਨੇ ਬਾਅਦ ਦਾ ਡਿਸੀਜਨ ਸੀ ਕਿ ਮੈਨੂੰ ਉਹਨਾਂ ਨੇ ਪੁੱਛਿਆ ਜ਼ਰੂਰ ਹੈ, ਕਹਿੰਦੇ ਬਾਬਾ ਜੀ ਅਸੀਂ ਇੱਥੇ ਕੋਈ ਕੰਮ ਨੀ ਕਰ ਸਕਦੇ, ਜੇ ਤੁਸੀਂ ਆਗਿਆ ਦਿਓ ਤਾਂ ਅਸੀਂ ਬਾਹਰ ਚਲੇ ਜਾਈਏ। ਮੈਂ ਕਿਹਾ ਚਲੇ ਜਾਓ, ਇਹਨੂੰ ਤੁਸੀਂ ਕਬੂਤਰਬਾਜ਼ੀ ਕਹਿ ਲਓ ਚਾਹੇ ਜੋ ਮਰਜ਼ੀ ਰੂਪ ਦੇ ਲੈਣ, ਉਹ ਗਏ ਜ਼ਰੂਰ ਨੇ, ਇਹ ਝੂਠ ਨਹੀਂ ਹੈ, ਉਹ ਗਏ ਨੇ, ਪਰ ਉਹਨਾਂ ਨੂੰ ਮੈਂ ਨੀ ਭੇਜਿਆ, ਮੈਂ ਉੱਥੇ ਛੱਡ ਕੇ ਨੀ ਆਇਆ, ਮੈਂ ਲੈ ਕੇ ਨੀ ਗਿਆ, ਕੋਈ ਐਸੀ ਵੈਸੀ ਕੋਈ 1% ਗੱਲ ਨੀ ਹੋਈ। ਇਹਦੇ ਬਾਬਤ ਮੈਨੂੰ ਅੱਜ ਅਮਰੀਕਾ ਤੋਂ ਵੀ ਫੋਨ ਆਇਆ ਸੀ ਕਿਸੇ ਹੋਰ ਸਿੰਘ ਦਾ ਕਿ ਗੁਰਪ੍ਰੀਤ ਸਿੰਘ ਦੀ ਜਿਹੜੀ ਮੰਗੇਤਰ ਸੀ ਹੰਬੜੇ ਤੋਂ, ਉਹਨਾਂ ਦੇ ਵਿਆਹ ਤੋਂ 5 ਦਿਨ ਪਹਿਲਾਂ ਇਹ ਜਿਹੜੇ ਤੁਹਾਡੇ ਗਡਵਾਈ ਨੇ ਸਹਿਬ ਸਿੰਘ, ਉਹਨਾਂ ਸੰਬੰਧੀ ਕਾਫੀ ਰੌਲਾ ਜਿਹੜਾ ਪਿਆ ਸੀ, ਇਹ ਕਿੱਥੇ ਤੱਕ ਸੱਚਾਈ ਹੈ ਕਿ ਉਹਨਾਂ ਦੇ ਵਿਆਹ ਤੋਂ 5 ਦਿਨ ਪਹਿਲਾਂ ਹੀ ਇਹਨਾਂ ਨੂੰ ਅਮਰੀਕਾ ਕੱਢਣਾ ਪਿਆ ਬਹੁਤ ਜ਼ਿਆਦਾ ਪੈਸੇ ਲਾ ਕੇ? ਕੀ ਨਹੀਂ, ਐਸਾ ਕੁਛ ਨਹੀਂ ਹੈ, ਗੁਰਪ੍ਰੀਤ ਸਿੰਘ ਵਿਆਹਿਆ ਹੋਇਆ, ਉਹਦਾ ਬੱਚਾ ਇਸ ਵੇਲੇ 6-7 ਸਾਲ ਦਾ ਹੈ, ਉਹਦਾ ਵਿਆਹ ਮੈਂ 2004 ਵਿੱਚ ਅਸੀਂ ਕੀਤਾ ਸੀ, ਸਾਰਾ ਇੱਥੇ ਰਹਿੰਦਾ ਰਿਹਾ, 9 ਵਿੱਚ ਉਹ ਸਾਡੇ ਕੋਲੋਂ ਬਾਹਰ ਗਿਆ, ਆਪ ਉਹਦੇ ਬੱਚੇ ਇੱਥੇ ਹੀ ਨੇ, ਸਾਰਾ ਪਰਿਵਾਰ ਉਹਦਾ ਇੱਥੇ, ਐਸੀ ਕੋਈ ਗੱਲ ਨਹੀਂ ਹੈ, 1% ਨਹੀਂ। ਅਖੀਰ ਦੇ ਵਿੱਚ ਇੱਕ ਸਵਾਲ ਹੋਰ ਹੈ ਜੀ, ਕਿਉਂਕਿ ਜਿਹੜਾ ਬਾਹਰ ਵਿਦੇਸ਼ਾਂ ਦੇ ਵਿੱਚ ਸਭ ਤੋਂ ਵੱਡਾ ਰੌਲਾ ਪੈ ਰਿਹਾ ਕਿ ਸਿੱਖਾਂ ਦੇ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਉਹ ਸਭ ਸਿੱਖਾਂ ਨੂੰ ਕੋਕਾ ਮੈਂ ਗੁਰੂ ਮਾਨੇ ਉਹ ਗ੍ਰੰਥ ਸਿੱਖ ਰੋਜ਼ ਅਰਦਾਸ ਵੀ ਕਰਦਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਰਾਬਰ ਜਿੱਥੇ ਸਿੱਖ ਰਹਿਤ ਮਰਿਆਦਾ ਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਆਉਂਦਾ ਹੈ ਕਿ ਦਸਮ ਗ੍ਰੰਥ ਜਿਹਨੂੰ ਕਿਹਾ ਜਾ ਰਿਹਾ ਕਿ ਦਸਮ ਪਿਤਾ ਦੀਆਂ ਸਾਰੀਆਂ ਰਚਨਾਵਾਂ ਨੇ, ਕਿਉਂਕਿ ਸਿੱਖ ਰਹਿਤ ਮਰਿਆਦਾ ਦੇ ਵਿੱਚ ਤਿੰਨੇ ਬਾਣੀਆਂ ਨੇ ਜਿਹੜੀਆਂ ਉਹ ਅੰਮ੍ਰਿਤ ਛਕਾਉਣ ਵੇਲੇ ਅਸੀਂ ਇਸੇ ਗ੍ਰੰਥ ਦੇ ਵਿੱਚੋਂ ਲੈਂਦੇ ਹਾਂ। ਬਾਕੀ ਤ੍ਰਿਆ ਚਿੱਤਰ ਤੇ ਚਿੱਤਰੋ ਪਖਿਆਮ ਦੇ ਵਿੱਚ ਜ਼ਿਆਦਾਤਰ ਜਿਹੜੀ ਗੱਲਬਾਤ ਆਉਂਦੀ ਹੈ, ਕਿਉਂਕਿ ਮੈਨੂੰ ਪੜ੍ਹਨ ਦਾ ਉਹਦਾ ਸਮਾਂ ਮਿਲਿਆ ਜਿਹਦੇ ਵਿੱਚ ਧੀ ਨਾਲ, ਭੈਣ ਨਾਲ, ਮਾਂ ਨਾਲ ਕੋਈ ਕਰਮ ਕਰਨ ਦੀ ਗੱਲਬਾਤ ਆਉਂਦੀ ਹੈ, ਇਹਦੇ ਬਾਰੇ ਤੁਸੀਂ ਕਿੱਥੇ ਤੱਕ ਸਹਿਮਤ ਹੋ ਕਿ ਇਹ ਤ੍ਰਿਆ ਚਿੱਤਰ ਤੇ ਚਿੱਤਰੋ ਪਖਿਆਮ ਦੀ ਦਸਮ ਪਿਤਾ ਦੀਆਂ ਰਚਨਾਵਾਂ ਨੇ? ਮੇਰੀ ਜਿਹੜੀ ਬੇਨਤੀ ਹੈ ਉਹ ਇਹ ਹੈ ਜੀ ਕਿ ਇਹ ਜਿਹੜੇ ਸਾਡੇ ਪੰਥਕ ਮਤ ਭੇਦ ਸਾਡੇ ਵਿੱਚ ਚੱਲ ਰਹੇ ਨੇ, ਜਿਸ ਤਰ੍ਹਾਂ ਰਾਗਮਾਲਾ ਦਾ ਚੱਲ ਰਿਹਾ, ਮੂਲ ਮੰਤਰ ਦਾ ਚੱਲ ਰਿਹਾ, ਰਹਿਤ ਮਰਿਆਦਾ ਦਾ ਚੱਲ ਰਿਹਾ, ਦਸਮ ਗ੍ਰੰਥ ਦਾ ਚੱਲ ਰਿਹਾ, ਠੀਕ ਹੈ ਜੀ, ਇਹਦੇ ਇੱਕ ਵਿਦਵਾਨਾਂ ਦੇ ਪੈਨਲ ਬਣਨੇ ਚਾਹੀਦੇ ਨੇ, ਆਪਣੇ ਤਰੀਕੇ ਨਾਲ ਇਹਦਾ ਹੱਲ ਕਰਨਗੇ। ਅਸੀਂ ਇੱਕ, ਮੈਂ ਤੁਹਾਨੂੰ ਸਿੱਧੀ ਗੱਲ ਡਾਇਰੈਕਟ ਮੈਂ ਸਟੇਜ ਤੇ ਵੀ ਕਹਿੰਦਾ ਵੀ ਅਸੀਂ ਕੋਈ ਵਿਦਵਾਨ ਨਹੀਂ ਆ, ਆਪਾਂ ਇਸ ਵਿਸ਼ੇ ਤੇ ਇੱਕ ਅਲੱਗ ਚੈਪਟਰ ਹੈਗਾ ਹੈ, ਆਪਾਂ ਇਸ ਵਿਸ਼ੇ ਤੇ, ਕਿਉਂਕਿ ਇੱਕ ਇਹ ਬਹੁਤ ਵੱਡਾ ਅੱਜ ਦੇ ਸਮੇਂ ਵਿੱਚ ਇਸ਼ੂ ਹੈ, ਸਾਰੇ ਸੰਸਾਰ ਭਰ ਵਿੱਚ ਦਸਮ ਗ੍ਰੰਥ ਬਾਣੀ ਹੈ ਜਾਂ ਦਸਮ ਗ੍ਰੰਥ ਬਾਣੀ ਨਹੀਂ ਹੈ, ਇਸ ਵਿਸ਼ੇ ਵਿੱਚ ਪੈਂਦੇ ਆ, ਤਾਂ ਮੈਂ ਇਹਦੇ ਵਿੱਚ ਤੇ ਕੋਈ ਵੀ ਗੱਲ ਕਹਿ ਦਿੰਦਾ ਤਾਂ ਰੂਪ ਇੱਕ ਹੋਰ ਇਸ਼ੂ ਖੜਾ ਹੋ ਜਾਂਦਾ। ਮੈਂ ਬੇਨਤੀ ਇਹ ਕਰਦਾ ਜਦੋਂ ਤੁਸੀਂ ਕਹੋਗੇ ਮੈਂ ਏਅਰ ਤੇ ਆਵਾਂਗਾ, ਇੱਕ ਅਲੱਗ ਚੈਪਟਰ ਰੱਖੋ ਔਰ ਆਪਾਂ ਇਸ ਵਿਸ਼ੇ ਤੇ ਗੱਲ ਕਰਾਂਗੇ। ਜ਼ਰੂਰ ਜੀ, ਇੱਕ ਮੈਂ ਅੱਜ ਹੈਗਾ
ਵਿਚਾਰਕ ਮਤਭੇਦ ਸਾਡੇ ਵਿੱਚ, ਪੰਥਕ ਮਤਭੇਦ ਮਾੜੇ ਮੋਟੇ ਕਿਤੇ ਨਾ ਕਿਤੇ ਸਾਡੇ ਸਾਰਿਆਂ ਚ ਰਹਿੰਦੇ ਨੇ, ਕਿਤੇ ਨਾ ਕਿਤੇ ਕੋਈ ਨਾ ਕੋਈ ਗੱਲ ਸਾਰੀਆਂ ਸੰਪਰਦਾਵਾਂ ਚ ਰਹਿੰਦੀ ਹੈ। ਮੇਨ ਗੱਲ ਪਰਸਨਲ ਜਿਹੜਾ ਅੱਜ ਮੇਰੇ ਤੇ ਇੱਕ 13 ਸਾਲ ਮੈਂ ਇਹ ਸਤਿਗੁਰੂ ਦੀ ਮਿਹਰ ਨਾਲ ਜਿਵੇਂ ਮਹਾਰਾਜ ਨੇ ਸੇਵਾ ਕਰਵਾਈ ਹੈ ਕੀਤੀ ਹੈ ਆਪਣੇ ਤਰੀਕੇ ਨਾਲ ਲੱਗਿਆ ਰਿਹਾ, ਪਰ 13 ਸਾਲਾਂ ਬਾਅਦ ਅੱਜ ਇੱਕ ਬੰਦਾ ਉੱਠਦਾ ਔਰ ਉੱਠ ਕੇ ਉਹ ਇੱਕੋ ਬਾਬੇ ਮਾਨ ਸਿੰਘ ਵਾਂਗੂ ਵੀ ਉਹ ਏਦਾਂ ਜੀ ਬਾਬੇ ਔਰ ਸਾਰੀ ਇੱਕ ਪੂਰੀ ਦੀ ਪੂਰੀ ਜਿੱਦਾਂ ਬਣਾ ਕੇ ਉੱਥੇ ਆਹ ਹੁੰਦਾ ਉੱਥੇ ਆਹ ਹੁੰਦਾ ਉੱਥੇ ਮੇਰੇ ਕੇਸ ਕੱਟ ਦਿੱਤੇ ਏਦਾਂ ਹੋ ਗਿਆ, ਉਹ ਇੱਕ ਬੰਦਾ ਉੱਠਦਾ ਤਾਂ ਮੈਂ ਇਹ ਗੱਲ ਕਰਕੇ ਤੁਹਾਡੇ ਨਾਲ ਅੱਜ ਸਾਹਮਣੇ ਆਇਆ ਤੇ ਮੈਂ ਇਹ ਬੇਨਤੀ ਜਾਂਦਾ ਜਾਂਦਾ ਕਰਨਾ ਚਾਹੁੰਦਾ ਦੁਬਾਰਾ ਫਿਰ ਕਿ ਤੁਸੀਂ ਮੈਨੂੰ ਉੱਥੇ ਸੱਦ ਲਓ, ਮੈਂ ਆਉਣ ਨੂੰ ਤਿਆਰ ਹਾਂ ਕਿਸੇ ਤਰ੍ਹਾਂ ਦਾ, ਦੋਨੇ ਉਹਨਾਂ ਉਹਦਾ ਵੀ ਤੇ ਮੇਰਾ ਵੀ ਜਿਹੜੇ ਆ ਤੁਸੀਂ ਬੋਲਿਆ ਕਿਹੜਾ ਟੈਸਟ ਤੁਸੀਂ ਕਿਹਾ ਸੀ ਕਿ ਸੱਚ ਸਾਹਮਣੇ ਆ ਸਕਦਾ ਹੈ। ਇਹ ਜਿਹੜਾ DNA ਟੈਸਟ, ਲਾਈ ਟੈਸਟ, ਸੈਕਸ ਟੈਸਟ, ਇਹ ਸਾਰਿਆਂ ਦੇ ਨਾਲ ਅਸਲੀਅਤ ਪਤਾ ਲੱਗ ਸਕਦੀ ਹੈ। ਮੈਂ ਦੱਸ ਦਿੰਦਾ ਕਿ ਤੁਸੀਂ ਦ੍ਰਿੜਤਾ ਦੇ ਨਾਲ ਗੱਲਬਾਤ ਕੀਤੀ ਹੈ, ਜਾਂਦੇ ਜਾਂਦੇ ਥੋੜਾ ਜਿਹਾ ਇਸ ਗੱਲ ਦਾ ਜ਼ਰੂਰ ਜ਼ਿਕਰ ਕਰੋ, ਤੁਸੀਂ ਜ਼ਿਕਰ ਕੀਤਾ ਹੈ ਕਿ ਤੁਹਾਡੇ ਕੋਲ 70% ਤੋਂ 75% ਤੋਂ ਵੱਧ ਜਿਹੜੇ ਸਿੰਘ ਨੇ ਉਹ ਗ੍ਰਹਿਸਥੀ ਨੇ। ਅਗਨ ਵਿੱਚ ਸੜਦਾ ਉਹ ਹੈ ਪ੍ਰੇਮ। ਮੈਂ ਜਿਸ ਜਗ੍ਹਾ ਗਿਆ ਸੀ ਰਾੜਾ ਸਾਹਿਬ ਸੰਪਰਦਾ ਵਿੱਚ ਗ੍ਰਿਸਤ ਪ੍ਰਧਾਨ ਹੈ ਇਹ ਸਤਿਗੁਰੂ ਜੀ ਮੰਨਦੇ ਨੇ, ਭਾਈ ਗੁਰਦਾਸ ਜੀ ਕਹਿੰਦੇ ਨੇ ਗਿਆਨ ਮੈਂ ਗਿਆਨ ਅਰ ਧਿਆਨ ਮੈਂ ਧਿਆਨ, ਗੁਰ ਸ਼ਕਲ ਧਰਮ ਮੈਂ ਗ੍ਰਿਸਤ ਪ੍ਰਧਾਨ ਹੈ। ਪਰ ਇਹ ਗੱਲ ਕਹਿਣ ਵਾਲੇ ਭਾਈ ਗੁਰਦਾਸ ਜੀ ਖੁਦ ਗ੍ਰਿਸਤੀ ਨਹੀਂ ਸਨ। ਬਿਲਕੁਲ ਮੈਂ ਆਪ ਜੀ ਨੂੰ ਯਤਨ ਕਰੇ ਦਿਲ ਕਿਵੇਂ ਨਾ ਰਾਹੀ ਗੁਰਬਾਣੀ ਜ਼ਿਕਰ ਆਉਂਦਾ ਨਾ, ਤਾਂ ਤੁਹਾਨੂੰ ਇੱਕ ਸਿੰਘ ਬਿਲਕੁਲ ਆਹ ਪੁੱਛਿਆ ਕਿ ਤੁਸੀਂ ਵੀ ਸੋਚ ਰਹੇ ਹੋ ਮੈਂ ਆਪ ਜੀ ਨੂੰ ਦੱਸ ਰਿਹਾ, ਮੈਂ ਆਪ ਜੀ ਨੂੰ ਉਸੇ ਸਵਾਲ ਦਾ ਜਵਾਬ ਦੇ ਰਿਹਾ ਕਿ ਗ੍ਰਿਸਤ ਪ੍ਰਧਾਨ ਹੈ, ਗ੍ਰਿਸਤ ਪ੍ਰਧਾਨ ਹੈ ਲਿਖਿਆ, ਇਹ ਨੀ ਲਿਖਿਆ ਕੱਲਾ ਗ੍ਰਿਸਤੀ। ਆਪਣੀ ਮਰਜ਼ੀ ਦੇ ਨਾਲ ਕੋਈ ਬੰਦਾ ਜੇ ਆਪਣੇ ਆਪ ਨੂੰ ਠੀਕ ਰੱਖ ਸਕਦਾ ਤਾਂ ਉਹ ਬਿਹੰਗਮ ਰਹਿ ਸਕਦਾ ਹੈ। ਤੇ ਮੈਂ ਅਸੀਂ ਜਿੱਥੇ ਗਿਆ ਸੰਪਰਦਾ ਸਾਡੀ ਵਿੱਚ ਵੀ ਰਾੜਾ ਸਾਹਿਬ ਵਿੱਚ ਵਿਆਹ ਨਹੀਂ ਕਰਾਉਂਦੇ, ਤੇ ਮੈਂ ਵੀ ਇਹ ਸੋਚਿਆ ਸੀ ਕਿ ਮੈਂ ਸ਼ਾਦੀ ਨਹੀਂ ਕਰਾਉਣੀ। ਪ੍ਰੋਬਲਮ ਇਹ ਹੈ ਕਿ ਅੱਜ ਵੇਖੋ ਲੱਖਾਂ ਸੰਗਤਾਂ ਇੱਥੇ ਆਉਂਦੀਆਂ ਨੇ, ਬੰਦਾ ਵਿਆਹ ਕਰਾਉਂਦਾ ਬੱਚੇ, ਅਗਲਾ ਕਹਿੰਦਾ ਪਰਿਵਾਰ ਪਾਲ ਰਹੇ ਨੇ ਜੀ, ਆਪਣੇ ਬੱਚੇ ਪਾਲ ਰਹੇ ਨੇ ਜੀ, ਏਦਾਂ ਹੋ ਰਿਹਾ। ਔਰ ਕਿਤੇ ਨਾ ਕਿਤੇ ਠੀਕ ਹੈ, ਸਤਿਗੁਰੂ ਸਾਹਿਬਾਨ ਵਰਗੇ ਅਸੀਂ ਗ੍ਰਿਸ਼ਤੀ ਨਹੀਂ ਬਣ ਸਕਦੇ, ਸਾਡੇ ਵਿੱਚ ਘਾਟਾਂ ਆ ਜਾਂਦੀਆਂ ਨੇ, ਪਰਿਵਾਰ ਵਿੱਚ ਆ ਜਾਂਦਾ ਮੇਰੇ ਬੱਚੇ ਮੇਰੇ ਮੋਹ, ਪਹਿਲਾਂ ਮੈਂ ਇਹਨਾਂ ਨੂੰ ਅਮਰੀਕਾ ਲੈ ਜਾ, ਮੈਂ ਇਹਨਾਂ ਨੂੰ ਕਨੇਡਾ ਸੈਟਲ ਕਰਦਾ, ਮੇਰੇ ਬੱਚਿਆਂ ਦੀ ਜਾਇਦਾਦ ਬਣਾ ਦਿਆਂ, ਏਦਾਂ ਦੇ ਇਸ਼ੂ ਵੀ ਫਿਰ ਖੜੇ ਹੋ ਜਾਂਦੇ ਨੇ। ਫਿਰ ਐਡੀ ਹਿੰਮਤ ਨੀ ਪਏਗੀ ਕਿ ਤੁਸੀਂ 32-33 ਕਿੱਲੇ ਰੁਪਈਆ ਸੰਗਤ ਦੇਵੇ ਤੇ ਤੁਸੀਂ ਇਕੱਠੇ ਕਰੋ ਤੇ ਉਸ ਤੋਂ ਬਾਅਦ ਸਾਰੇ ਲਿਖਾ ਦਿਓ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ, ਇਹ ਵੀ ਲਿਖ ਦਿਓ ਕੱਲ ਨੂੰ ਕੋਈ ਮੇਰਾ ਭਤੀਜਾ ਕੋਈ ਮੇਰਾ ਪਰਿਵਾਰ ਦਾ ਮੈਂਬਰ ਮੈਂ ਤੁਹਾਨੂੰ ਇਹ ਭੇਜ ਸਕਦਾ ਲਿਖਿਆ ਹੋਇਆ, ਮੈਂ ਜਿੱਥੇ ਜਾ ਕੇ ਕਚਹਿਰੀ ਚ ਲਿਖਾਇਆ ਕਿ ਸਾਡੇ ਪਰਿਵਾਰ ਦਾ ਮੈਂਬਰ ਮੇਰੇ ਤੋਂ ਬਾਅਦ ਵੀ ਕੋਈ ਸਾਡਾ ਇਸ ਜਾਇਦਾਦ ਦਾ ਮਾਲਕ ਨਹੀਂ ਬਣ ਸਕਦਾ, ਇਹ ਜਾਇਦਾਦ ਦਾ ਮਾਲਕ ਗੁਰੂ ਗ੍ਰੰਥ ਸਾਹਿਬ ਰਹਿਣਗੇ ਤੇ ਸੰਗਤ ਰਹੇ। ਬਹੁਤ ਬਹੁਤ ਧੰਨਵਾਦ ਜੀ। ਇਹਦੇ ਵਿੱਚ ਇੱਕ ਮੈਂ ਜਾਂਦੇ ਜਾਂਦੇ ਤੁਹਾਨੂੰ ਗੱਲ ਇਹ ਜ਼ਰੂਰ ਪੁੱਛ ਲਵਾਂ, ਕਿਉਂਕਿ ਸਿੱਖ ਇਤਿਹਾਸ ਦੇ ਪੰਨਿਆਂ ਨੂੰ ਪਰਚੋਲ ਕੇ ਵੇਖੀਏ 1469 ਤੋਂ ਲੈ ਕੇ 1708 ਤੱਕ ਤਕਰੀਬਨ 239 ਸਾਲ ਬਣਦੇ ਨੇ। ਉਸ ਇਤਿਹਾਸ ਨੂੰ ਤੁਸੀਂ ਵੀ ਪੜ੍ਹਿਆ, ਆਮ ਸਿੱਖ ਵਿਦਵਾਨਾਂ ਨੇ ਵੀ ਪੜ੍ਹਿਆ ਹੈ। ਇਤਿਹਾਸ ਵਿੱਚ ਭਾਈ ਸਤੀ ਦਾਸ, ਭਾਈ ਮਤੀ ਦਾਸ, ਭਾਈ ਦਿਆਲਾ ਜੀ, ਭਾਈ ਸਹਿਬਾਗ ਸਿੰਘ, ਗੁਰਬਾਜ ਸਿੰਘ, ਬੜੇ ਸਿੰਘ ਹੋਏ ਨੇ, ਭਾਈ ਮਨੀ ਸਿੰਘ ਵਰਗੇ, ਉਹਨਾਂ ਦੇ ਨਾਮ ਦੇ ਨਾਲ ਭਾਈ ਲੱਗਾ ਹੈ। ਅੱਜ ਕਿਉਂ ਪਰੰਪਰਾ ਚੱਲ ਪਈ ਹੈ ਕਿ ਹਰ ਵਿਅਕਤੀ ਆਪਣੇ ਨਾਲ ਸੰਤ, ਪੂਰਨ ਬ੍ਰਹਮ ਗਿਆਨੀ, ਸ਼੍ਰੀਮਾਨ ਜੀ ਇੱਕ ਦਰ ਹੱਥ ਲਾਉਣ ਲੱਗ ਪਏ ਹੈ। ਤੁਸੀਂ ਜਦੋਂ ਕਨੇਡਾ ਆਏ ਸੋ ਤੇ ਤੁਹਾਨੂੰ ਇਹ ਸਵਾਲ ਪੁੱਛਿਆ ਗਿਆ ਸੀ, ਤੁਸੀਂ ਕਿਹਾ ਸੀ ਵੀ ਮੈਂ ਯਤਨ ਕਰਾਂਗਾ ਕਿ ਜਿਹੜਾ ਸੰਤ ਸ਼ਬਦ ਮੈਂ ਨਹੀਂ ਲਾਉਂਦਾ ਲੋਕੀ ਲਾਉਂਦੇ ਹੈ, ਪਰ ਤੁਹਾਨੂੰ ਪਤਾ ਹੈ ਕਿ ਜਿਹੜੀ ਅਵਸਥਾ ਹੈ ਸੰਤ ਦੀ ਜਾਂ ਗੁਰਬਾਣੀ ਵਿੱਚ ਜਿਹੜਾ ਸੰਤ ਦਾ ਜ਼ਿਕਰ ਆਉਂਦਾ, ਗੁਰੂ ਸਾਹਿਬ ਮੇਰੇ ਜਿਹੜੇ ਮਹਾਨ, ਉਹਨਾਂ ਵਰਗਾ ਤਾਂ ਮੈਂ ਕਹਿੰਦਾ ਅਸੀਂ ਤਾਂ ਉਹਨਾਂ ਦੀ ਚਰਨਾਂ ਦੀ ਧੂੜ ਵੀ ਨੀ ਸਾਡੇ ਸੰਸਾਰ ਵਿੱਚ, ਜਿਹੜੇ ਪੂਰਨ ਮਹਾਂਪੁਰਸ਼ ਅਸਲ ਵਿੱਚ ਉਹ ਹੋਏ ਨੇ। ਅੱਜ ਮਨੁੱਖ ਆਪਣੇ ਨਾਲ ਸੰਤ ਤੇ ਪੂਰਨ ਬ੍ਰਹਮ ਗਿਆਨੀ ਕਿਉਂ ਲਾਉਣ ਲੱਗ ਪਏ, ਇਹਦੇ ਬਾਰੇ ਸੁਚੇਤ ਕਰਨ ਦਾ ਯਤਨ ਕਰੋਗੇ ਸੰਤਾਂ ਨੂੰ ਆਉਣ ਵਾਲੇ ਸਮੇਂ? ਤੇ ਬੇਨਤੀ ਅਸਲ ਵਿੱਚ ਇਹ ਹੈ ਜੀ ਕਿ ਅਸੀਂ ਸੰਤ ਤਿੰਨ ਵਾਸਤੇ ਗੁਰੂ ਗ੍ਰੰਥ ਸਾਹਿਬ ਵਿੱਚ ਵਰਤਿਆ, ਇੱਕ ਤੇ ਗੁਰੂ ਵਾਸਤੇ, ਇੱਕ ਵਰਤਿਆ ਸੰਗਤ ਵਾਸਤੇ, ਤੇ ਇੱਕ ਵਰਤਿਆ ਉੱਚੀ ਸੁੱਚੀ ਬਿਰਤੀ ਵਾਸਤੇ। ਬਿਰਤੀ ਵਾਸਤੇ ਮੈਂ ਵਿਅਕਤੀ ਦਾ ਨਾਂ ਨੀ ਲੈ ਰਿਹਾ, ਬਿਰਤੀ ਵਾਸਤੇ ਵੀ ਸੰਤ ਵਰਤਿਆ। ਜਿਸ ਬੰਦੇ ਦੀ ਬਿਰਤੀ ਉੱਚੀ ਹੈ ਉਹ ਸੰਤ ਹੈ, ਪਰ ਗੱਲ ਇਹ ਹੈ ਕਿ
ਇੱਕ ਰੂਪ ਬਣ ਗਿਆ। ਦੂਸਰੀ ਗੱਲ, ਮੈਂ ਵੈਸੇ ਇਸ ਟੌਪਿਕ ਤੇ ਪੂਰਾ ਤੁਹਾਡੇ ਨਾਲ ਲੰਮੇ ਸਮੇਂ ਮੇਰਾ ਮਨ ਕਰਦਾ ਮੈਂ ਗੱਲ ਕਰ ਸਕਦਾ ਹਾਂ, ਕਿ ਮੈਂ ਆਪਣੀ ਪਰਸਨਲ ਗੱਲ ਕਰ ਸਕਦਾ ਵੀ ਮੈਨੂੰ ਸੰਤ ਕਿਉਂ ਕਹਿੰਦੇ ਨੇ ਤੇ ਮੈਂ ਸੰਤ ਜਿਹੜਾ ਮੇਰੇ ਨਾਂ ਨਾਲ ਲੱਗਿਆ ਇਹ ਕਿਉਂ ਲੱਗਿਆ ਤੇ ਉਹਦਾ ਅਸਲ ਗੱਲ ਕਾਰਨ ਉਹਦਾ ਕੀ ਹੈ। ਮੈਂ ਆਪ ਜੀ ਨੂੰ ਬੇਨਤੀ ਕਰਦਾ ਕਿ ਮੈਂ ਤੇ ਇਹ ਅਕਾਲ ਤਖ਼ਤ ਸਾਹਿਬ ਤੇ ਵੀ ਬੇਨਤੀ ਕੀਤੀ ਸੀ, ਮੈਂ ਗੁਰਬਾਣੀ ਗੁਰਬਚਨ ਸਿੰਘ ਜੀ ਨੂੰ ਵੀ ਅਰਜ਼ੀ ਭੇਜ ਚੁੱਕਿਆ ਕਿ ਤੁਸੀਂ ਇਹ ਨਾ ਕਹੋ ਕਿ ਮੈਨੂੰ ਉਪਾਧੀ ਦੇ ਦਿਓ ਭਾਈ ਸਾਹਿਬ ਦੀ ਜਾਂ ਭਾਈ। ਮੈਂ ਕਿਹਾ ਇੱਕ ਵਾਰੀ ਪਰਮੇਸ਼ਰ ਦੁਆਰ ਸਾਡੀ ਸਟੇਜ ਤੇ ਆਣਾ ਹੈ, ਆ ਕੇ ਇੰਨਾ ਸ਼ਬਦ ਤੁਸੀਂ ਕਹਿ ਦਿਓ ਕਿ ਤੁਸੀਂ ਭਾਈ ਆਪਣੇ ਨਾਂ ਨਾਲ ਲਿਖਵਾਓ ਤੇ ਮੈਂ ਭਾਈ ਲਿਖਵਾਉਣ ਨੂੰ ਤਿਆਰ ਹਾਂ। ਪਹਿਲੀ ਗੱਲ ਤਾਂ ਇਹ ਹੈ ਨਾ ਜੀ ਕਿ ਸੰਤ ਦੀ ਪਰਿਭਾਸ਼ਾ, ਇਹ ਸ਼ਬਦ ਸਾਰੇ ਵੱਡੇ ਵੱਡੇ ਨੇ। ਸੰਤ ਜਿੰਨਾ ਸਾਸ ਗ੍ਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ। ਠੀਕ ਹੈ ਜੀ, ਦੁਨੀਆਂ ਭਰ ਦੇ ਵਿੱਚ ਸਾਰੇ ਪ੍ਰੋਗਰਾਮ ਸੁਣੇ ਜਾਂਦੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਯਤਨ ਕਰਾਂਗੇ ਕਿ ਤੁਹਾਨੂੰ ਹੋਰ ਪ੍ਰੋਗਰਾਮਾਂ ਦੇ ਵਿੱਚ ਲੈ ਕੇ ਵੀ ਗੱਲਬਾਤ ਕੀਤੀ ਜਾਏਗੀ, ਤਾਂ ਜੋ ਮਨ ਚ ਪੈ ਜਿਹੜੀ ਸ਼ੰਕਾ ਨੇ ਉਹਨਾਂ ਨਿਵੇਦ ਕਰ ਸਕੀਏ। ਅਸੀਂ ਤੇ ਤੁਹਾਡੇ ਕੋਲ ਪੂਰੇ 2 ਮਿੰਟ ਨੇ ਜੀ, ਕੀ ਵਿਦੇਸ਼ਾਂ ਦੇ ਬਾਰੇ ਸਿੱਖਾਂ ਨੂੰ ਸੁਨੇਹਾ ਦੇਣਾ ਚਾਹੋਗੇ? ਨਹੀਂ ਭਾਈ ਸਾਹਿਬ ਜੀ, ਮੇਰੀ ਤਾਂ ਇੱਕੋ ਇੱਕ ਬੇਨਤੀ ਹੈ ਕਿ ਸੁਨੇਹਾ ਤਾਂ ਚਲੋ ਅਸੀਂ ਕੀ ਦੇਣਾ। ਮੈਂ ਬੇਨਤੀ ਸਿਰਫ ਇੰਨੀ ਕਰਨੀ ਚਾਹੁੰਦਾ ਕਿ ਕਿਸੇ ਵੀ ਬੰਦੇ ਨੂੰ, ਚਾਹੇ ਕੋਈ ਵੀ ਕਿਸੇ ਫੀਲਡ ਵਿੱਚ ਕੰਮ ਕਰਦਾ, ਉਹ ਜਦੋਂ ਇੰਨੇ ਸਾਲ ਲਾ ਕੇ ਮਿਹਨਤ ਕਰਕੇ ਕੋਈ ਵੀ ਬੰਦਾ ਏਦਾਂ ਦਾ ਉੱਠਦਾ, ਉੱਠ ਕੇ ਇੱਕ ਗੱਲ ਕਰਨੀ ਸ਼ੁਰੂ ਕਰ ਦਿੰਦਾ, ਤਾਂ ਉਸ ਗੱਲ ਦਾ ਦੁੱਖ ਮਨ ਨੂੰ ਲੱਗਿਆ ਵੀ ਏਦਾਂ ਨਹੀਂ ਹੋਣਾ ਚਾਹੀਦਾ। ਮੈਂ ਸਿਰਫ ਇੰਨੀ ਬੇਨਤੀ ਕਰਨੀ ਚਾਹੁੰਦਾ, ਫਿਲਹਾਲ ਆਪਾਂ ਕਿਸੇ ਵਿਸ਼ੇ ਤੇ ਗੱਲ ਨਹੀਂ ਕਰ ਰਹੇ, ਉਹ ਵਿਸ਼ਾ ਸਿਰਫ ਅਸੀਂ ਹਾਂ, ਪਰਮੇਸ਼ਰ ਦੁਆਰ ਹੈ, ਅਸੀਂ ਹਾਂ, ਸਾਡਾ ਜਥਾ। ਕਿਸੇ ਤਰ੍ਹਾਂ ਦਾ ਇਸ਼ੂ ਕੋਈ ਉੱਠਦਾ, ਉਹਦੀ ਨਿਰਪੱਖ ਜਾਂਚ ਹੋਵੇ, ਕੋਈ ਟੀਮ ਬਣ ਕੇ ਇੰਡੀਆ ਆ ਜਾਏ, ਜਿਵੇਂ ਮਰਜ਼ੀ ਹੋਏਗਾ, ਮੈਨੂੰ ਜਿੱਥੇ ਮਰਜ਼ੀ ਸੱਦ ਲਓ, ਮੈਂ ਹਰ ਗੱਲ ਦਾ ਜਵਾਬ ਦੇ ਹਾਂ। ਇਹ ਸਾਰਾ ਕੁਝ ਉਸ ਬੰਦੇ ਨੇ ਆਪਣੇ ਤੌਰ ਤੇ ਝੂਠ ਬਣਾਇਆ ਹੈ, ਇਹਦੀ ਨਿਰਪੱਖ ਜਾਂਚ ਕਰਕੇ ਇਹ ਸੱਚ ਸਾਰੀ ਸੰਗਤ ਦੇ ਸਾਹਮਣੇ ਆਉਣਾ ਚਾਹੀਦਾ। ਇਸੇ ਕਰਕੇ ਮੈਂ 14 ਤਰੀਕ ਦਾ ਲਾਈਵ ਪ੍ਰੋਗਰਾਮ ਇੰਡੀਆ ਤੋਂ ਪਰਮੇਸ਼ਰ ਦੁਆਰ, ਲੱਖਾਂ ਸੰਗਤ ਇੱਥੇ ਹੋਣੀ ਹੈ, ਮੈਂ ਸਪੈਸ਼ਲ ਉਹ ਪ੍ਰੋਗਰਾਮ ਲਾਈਵ ਕਰਵਾ ਰਿਹਾ ਕਿ ਸਾਰੀ ਦੁਨੀਆਂ ਵਿੱਚੋਂ ਮੈਸੇਜ ਜਾਣਾ ਚਾਹੀਦਾ ਕਿ ਸੱਚ ਕੀ ਹੈ ਔਰ ਝੂਠ ਕੀ ਹੈ। ਮੈਂ ਆਪ ਜੀ ਨੂੰ ਬੇਨਤੀ ਕਰਨਾ, ਮੈਂ ਸੰਗਤ ਨੂੰ ਵੀ ਇਹ ਬੇਨਤੀ ਕਰਦਾ ਕਿ ਸੰਗਤ ਜ਼ਰੂਰ ਇਸ ਗੱਲ ਨੂੰ ਚੰਗੀ ਤਰ੍ਹਾਂ ਘੋਖ ਲਵੇ। ਇਹ ਨਹੀਂ ਹੈਗਾ ਕਿ ਕੋਈ ਵੀ ਬੰਦਾ ਉੱਠਦਾ, ਮੈਂ ਜੀ ਮੰਤਰੀਆਂ ਦਾ ਸਤਾਇਆ ਹੋਇਆ, ਮੈਂ ਜੀ ਬਾਬਿਆਂ ਦਾ ਸਤਾਇਆ ਹੋਇਆ, ਬਾਬੇ ਮੇਰੇ ਤੇ ਤਸ਼ੱਦਦ ਕਰਦੇ ਨੇ, ਬਾਬੇ ਕਰਦੇ ਹੋਣਗੇ, ਪਰ ਬਾਬਿਆਂ ਬਾਬਿਆਂ ਵਿੱਚ ਫਰਕ ਵੀ ਹੈ, ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਅਸੀਂ ਇੱਕੋ ਲੜੀ ਵਿੱਚ ਇੱਕੋ ਰੱਸੇ 'ਚ ਸਾਰਿਆਂ ਨੂੰ ਨਹੀਂ ਪਰੋ ਸਕਦੇ। ਬੇਨਤੀ ਇਹ ਹੈ ਵੀ ਇੱਕੋ ਰੱਸੇ 'ਚ ਨਾ ਪਰੋਣ, ਚੰਗੀ ਤਰ੍ਹਾਂ ਵੇਖ ਘੋਖ ਕੇ ਜਿਹੜੀ ਵੀ ਜਾਂਚ ਕਰਨੀ ਹੈ, ਚੰਗੀ ਤਰ੍ਹਾਂ ਵੇਖ ਕੇ ਫਿਰ ਗੱਲ ਕਰਨ, ਸੁਣ ਕੇ ਮੂੰਹ ਨਾ ਬੋਲਣ, ਅੱਖੀ ਵੇਖ ਕੇ ਬੋਲਣ, ਇਹ ਬੇਨਤੀ ਹੈ ਜੀ। ਬਸ ਬਹੁਤ ਬਹੁਤ ਇੱਕ ਵਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ। ਰੇਡੀਓ ਸ਼੍ਰੀ 1550 AM ਬੈਂਡ ਤੇ ਅੱਜ ਵਿਸ਼ੇਸ਼ ਧੰਨਵਾਦ ਜਿਹੜਾ ਪੱਖ ਪਹਿਲਾਂ ਭਾਈ ਰਣਜੀਤ ਸਿੰਘ ਹੋਣਾ ਨੇ ਆਪਣੇ ਵੱਲੋਂ ਦਿੱਤਾ ਔਰ ਹਰ ਗੱਲ ਨੂੰ ਸਪਸ਼ਟ ਕਰਨ ਦਾ ਯਤਨ ਕੀਤਾ ਹੈ। ਸਾਰੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ, ਉਮੀਦ ਕਰਦਾ ਕਿ ਅੱਜ ਦੀ ਗੱਲਬਾਤ ਜਿਹੜੀ ਸਾਰੀ ਗੱਲ ਸਪਸ਼ਟ ਹੋ ਗਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਪ੍ਰੋਗਰਾਮਾਂ ਨੂੰ ਫਿਰ ਦੁਬਾਰਾ ਗੱਲਬਾਤ ਕਰਦੇ ਰਹਾਂਗੇ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ।